ਤੁਹਾਨੂੰ ਬਾਅਦ 'ਚੋਂ ਵੀ ਕਿ ਲੱਗਦਾ ਹੈਗਾ ਵੀ ਸਾਡਾ ਯੂਰਿਨ ਹਰੇ ਹੋਇਆ ਨਹੀਂ ਹੈ, ਯੂਰਿਨ ਕੰਪਲੀਟ ਕਰਨ ਤੋਂ ਬਾਅਦ ਤੁਸੀਂ ਇੱਦਾਂ ਕਰਨਾ ਪੰਜਿਆਂ 'ਤੇ ਆ ਕੇ ਤਿੰਨ ਚਾਰ ਝਟਕੇ ਦੇਣੇ ਇੱਦਾਂ, ਲਾਈਕ 1, 2, 3, 4। ਕਿ ਉਹਨਾਂ ਕੋਲ ਇਸ ਤਰ੍ਹਾਂ ਦਾ ਨੁਸਖਾ, ਇਸ ਤਰ੍ਹਾਂ ਦਾ ਫਾਰਮੂਲਾ ਕਿ ਜਿਨ੍ਹਾਂ ਦੇ ਥੈਲੀਆਂ ਲੱਗੀਆਂ ਹੋਈਆਂ ਨੇ ਪਿਸ਼ਾਬ ਵਾਲੀਆਂ, ਉਹ ਥੈਲੀਆਂ ਮਹੀਨੇ 2 ਮਹੀਨੇ ਦੇ ਵਿੱਚ ਜਿਹੜੀਆਂ ਬਹੁਤ ਛੇਤੀ, ਬਹੁਤਿਆਂ ਨੂੰ ਇੰਨਾ ਕੁ ਟਾਈਮ ਲੱਗਦਾ ਅਤੇ ਬਹੁਤਿਆਂ ਨੂੰ ਬੜੀ ਛੇਤੀ, ਮਤਲਬ ਦਿਨਾਂ ਦੇ ਵਿੱਚ ਹੀ ਇਹ ਥੈਲੀਆਂ ਉੱਤਰ ਜਾਂਦੀਆਂ ਨੇ। ਗਿਟਕਾਂ ਦੇ ਨਾਲ ਹੀ ਉਹ ਟ੍ਰੀਟਮੈਂਟ ਜਿਹੜਾ ਦੱਸਦੇ ਨੇ, ਇਲਾਜ ਕਰਦੇ ਨੇ ਨੁਸਖਿਆਂ ਦੇ ਜ਼ਰੀਏ, ਫਾਰਮੂਲਾਂ ਦੇ ਜ਼ਰੀਏ, ਅਤੇ ਇੱਕ ਪਾਊਡਰ ਵੀ ਨਾਲੋਂ ਨਾਲ ਉਹਨਾਂ ਨੇ ਰੱਖਿਆ ਹੋਇਆ, ਇਹ ਪਾਊਡਰ ਹੈ। ਹੋਰ ਵੀ ਬਹੁਤ ਸਾਰੀਆਂ ਚੀਜ਼ਾਂ ਉਹਨਾਂ ਨੇ ਦੱਸਣ ਵਾਲੇ ਨੇ। ਇਹਦਾ ਬਹੁਤ ਹੀ ਜ਼ਿਆਦਾ ਯੂਰਿਨ ਦੀ ਪ੍ਰੋਬਲਮ ਦੇ ਵਿੱਚ, ਈਵਨ ਸ਼ੂਗਰ 'ਚ ਤਾਂ ਕੰਮ ਕਰਦੀ ਕਰਦੀ ਹੈਗੀ ਹੈ। ਦੇਖੋ ਕੁਛ ਪ੍ਰੋਬਲਮ ਜਿਹੜੀਆਂ ਹੈਗੀਆਂ ਸਾਨੂੰ ਡਿਊ ਟੂ ਸ਼ੂਗਰ ਦੇ ਕਰਕੇ ਹੁੰਦੀਆਂ, UTI ਦੀਆਂ ਪ੍ਰੋਬਲਮ। ਇਹਦੀ ਕਿ ਗਿਟਕ ਨੂੰ ਤੁਸੀਂ ਬਰੀਕ ਪੀਸ ਲੈਣਾ ਹੈਗਾ। ਪਿਸ਼ਾਬ ਵਾਰ ਵਾਰ ਤੁਹਾਨੂੰ ਆਵੇ ਜਾਂ ਵਾਰ ਵਾਰ ਆਵੇ ਪਰ ਉਸ ਪ੍ਰੈਸ਼ਰ ਨਾਲ ਨਾ ਆਵੇ, ਜਾਂ ਉਸ ਪ੍ਰੈਸ਼ਰ ਨਾਲ ਵੀ ਆਵੇ ਅਤੇ ਜਿਹੜੀ ਧਾਰ ਹੈਗੀ ਹੈ ਉਹ ਪਤਲੀ ਬਣੇ, ਜਾਂ ਫਿਰ ਵਾਰ ਵਾਰ ਤੁਹਾਨੂੰ ਰਾਤ ਨੂੰ ਉੱਠ ਕੇ ਪਿਸ਼ਾਬ ਜਾਣ ਦੀ ਜ਼ਰੂਰਤ ਮਹਿਸੂਸ ਹੋਵੇ, ਤਾਂ ਇਹ ਖਤਰੇ ਦੀ ਘੰਟੀ ਹੈ। ਪ੍ਰੋਸਟੇਟ, ਨੋਰਮਲ ਪ੍ਰੋਸਟੇਟ ਇਹ ਹੁੰਦੇ ਜਦੋਂ ਇਨਲਾਰਜ ਪ੍ਰੋਸਟੇਟ ਹੋ ਜਾਂਦੇ, ਜਿਹਨੂੰ BPH ਕਹਿੰਦੇ ਹੈਗੇ ਆ, ਉਦੋਂ ਆਹ ਕੰਡੀਸ਼ਨ ਹੋ ਜਾਂਦੀ ਹੈਗੀ ਹੈ, ਜਿਹਦੇ ਲਈ ਅਸੀਂ ਦਵਾਈਆਂ ਜਾਂ ਕੁਛ ਨੁਸਖੇ ਦੱਸੇ ਸੀ, ਉਹਦੇ ਨਾਲ ਕਾਫੀ ਪੇਸ਼ੈਂਟਸ ਨੂੰ ਆਰਾਮ ਮਿਲ ਰਿਹਾ ਹੈਗਾ। ਜਦੋਂ ਤੁਹਾਡਾ ਬਲੈਡਰ ਭਰ ਜਾਂਦਾ, ਤੁਹਾਡੇ ਦਿਮਾਗ ਨੂੰ ਇਹ ਮੈਸੇਜ ਆ ਰਿਹਾ ਹੈਗਾ ਵੀ ਮੈਨੂੰ ਯੂਰਿਨ ਆਇਆ ਹੈਗਾ, ਠੀਕ ਹੈ ਨਾ। ਅਸੀਂ ਜਾਂਦੇ ਹਾਂ ਯੂਰਿਨ ਕਰਦੇ ਹਾਂ, ਬਲੈਡਰ ਖਾਲੀ ਹੋ ਜਾਂਦਾ ਹੈਗਾ, ਪਰ ਇੱਕ ਕੋਈ ਸਟੇਜ ਐਸੀ ਆਉਂਦੀ ਹੈਗੀ ਵੀ ਤੁਹਾਨੂੰ ਯੂਰਿਨ, ਬਲੈਡਰ ਤਾਂ ਤੁਹਾਡਾ ਭਰ ਗਿਆ ਹੈਗਾ ਪਰ ਤੁਹਾਨੂੰ ਮੈਸੇਜ ਨਹੀਂ ਆ ਰਿਹਾ ਹੈਗਾ। ਜ਼ੋਰ ਲਗਾਉਂਦੇ ਹੈਗੇ ਹੈ, ਉਹ ਸਾਨੂੰ ਯੂਰਿਨ ਥੋੜ੍ਹਾ ਜਿਹਾ ਆਉਂਦਾ, ਅਸੀਂ ਸੈਟਿਸਫਾਈਡ ਹੋ ਕੇ ਬੈਠ ਜਾਂਦੇ ਹਾਂ, 15-20 ਮਿੰਟ, ਅੱਧੇ ਘੰਟੇ ਬਾਅਦ ਫਿਰ ਸਾਨੂੰ ਯੂਰਿਨ ਦੀ ਅਰਜ਼ੀ ਹੁੰਦੀ ਹੈ, ਫਿਰ ਜਾਂਦੇ ਹੈਗੇ ਹਾਂ, ਫਿਰ ਇਹੀ ਸਮੱਸਿਆ ਹੁੰਦੀ ਹੈ। ਦਰਦ ਨਹੀਂ ਰੱਖ ਲਓ ਚਾਹੇ, ਠੀਕ ਹੈ ਨਾ। ਆਹ ਦੇਖੋ ਅਸੀਂ ਕਰਕੇ ਦਿਖਾਉਂਦੇ ਮੈਂ ਤੁਹਾਨੂੰ, ਇਹ ਥੋੜ੍ਹਾ ਅਸੀਂ ਕੀਤਾ ਵੀ ਹੋਇਆ। ਠੀਕ ਹੈ ਨਾ, ਐਂਜੀਓਪਲਾਸਟੀ ਹੁੰਦੀ ਨਾ, ਉੱਦਾਂ ਯੂਰੀਥਰੋਪਲਾਸਟੀ ਇੱਕ ਵੱਡਾ ਆਪਰੇਸ਼ਨ ਹੁੰਦਾ, ਜਿਹਦੇ ਵਿੱਚ ਮੂੰਹ ਦੇ ਅੰਦਰੋਂ ਮਾਸ ਲੈ ਕੇ ਉਹਦੀ ਪਾਈਪ ਬਣਾ ਕੇ ਅੰਦਰ ਨਵਾਂ ਪੈਸੇ ਬਣਾਇਆ ਜਾਂਦਾ ਹੈਗਾ, ਜਿਹਦੇ ਕਿ ਬਹੁਤ ਜ਼ਿਆਦਾ ਕਾਮਯਾਬੀ ਨਹੀਂ ਹੈਗੀ, ਤੁਹਾਨੂੰ ਸਿਗਨਲ ਨਹੀਂ ਦੇ ਰਿਹਾ। ਫਿਰ ਕਿ ਡਾਕਟਰ ਕੀ ਕਰਦੇ ਹੈਗੇ ਆ, ਇਹ ਤੁਹਾਡੇ ਯੂਰਿਨ ਬੈਗ ਲਗਾ ਦਿੰਦੇ ਹੈਗੇ, ਠੀਕ ਹੋ। ਇਹ ਬੈਗ ਹੁੰਦਾ, ਇਹ ਕੈਥੇਟਰ ਦੇ ਨਾਲ ਲਗਾ ਕੇ ਇਹਦੇ ਵਿੱਚ ਕਰ ਦਿੰਦਾ, ਫਿਰ ਤੁਹਾਡਾ ਇਹ ਸਮੱਸਿਆ ਤੋਂ ਤੁਸੀਂ ਪਿਸ਼ਾਬ ਆਪਣੇ ਆਪ ਬਣੀ ਜਾਂਦਾ ਆ ਹੀ ਜਾਂਦਾ, ਪਰ ਇੱਕ ਬੜੀ ਪੇਨਫੁਲ ਸਥਿਤੀ ਹੁੰਦੀ ਹੈ, 15 ਕੁ ਦਿਨ ਬਾਅਦ ਇਹਨੂੰ ਚੇਂਜ ਕਰਨਾ ਪੈਂਦਾ। ਪਿਸ਼ਾਬ ਵਾਲਾ ਥੈਲੀ ਲੱਗੀ ਹੋਈ ਸੀ ਸਾਡੇ, ਅਤੇ ਮਾਤਾ ਨੂੰ ਇਨਫੈਕਸ਼ਨ ਹੋ ਗਈ, ਸਾਡੇ ਪਿਤਾ ਨੂੰ ਇਨਫੈਕਸ਼ਨ ਹੋ ਗਈ, ਉਸ ਤੋਂ ਬਾਅਦ ਇਨਫੈਕਸ਼ਨ ਵੱਧਦੀ ਵੱਧਦੀ ਇਹ 7 ਤੱਕ ਵੱਧ ਗਈ, ਉਹ ਕੈਂਸਰ ਕਿਵੇਂ ਹੋ ਜਾਂਦਾ ਜੀ ਫਿਰ? ਆਮ ਤੌਰ 'ਤੇ ਕਿਸੇ ਨੂੰ ਪਤਾ ਹੀ ਨਹੀਂ ਪ੍ਰੋਸਟੇਟ ਹੁੰਦੇ ਕੀ ਇਹਦੇ ਕਿੱਥੇ ਹੁੰਦੇ ਹੈਗੇ ਆ, ਯੂਰਨੀ ਬਲੈਡਰ ਕਿੱਥੇ ਹੁੰਦਾ, ਉਹਦਾ ਕੀ ਕੰਮ ਹੈਗਾ। ਆਮ ਤੌਰ 'ਤੇ ਦੇਖਿਆ ਜਾਵੇ ਮਾਡਰਨ ਸਾਇੰਸ 'ਚ ਇਹਦਾ ਬਹੁਤ ਜ਼ਿਆਦਾ ਕੋਈ ਇਲਾਜ ਹੈ ਨਹੀਂ, ਈਵਨ ਪ੍ਰੋਸਟੇਟ ਤੱਕ ਇਲਾਜ ਹੈ ਨਹੀਂ। ਜਿਸਨੂੰ ਪਿਸ਼ਾਬ ਵਾਰ ਵਾਰ ਅਰਜ਼ ਹੁੰਦੀ ਹੈ ਪਿਸ਼ਾਬ ਦੀ, ਉਹ ਕਿਸੇ ਵਿਆਹ 'ਚ ਨਹੀਂ ਜਾ ਸਕਦਾ, ਦੋਸਤਾਂ 'ਚ ਨਹੀਂ ਬੈਠ ਸਕਦਾ, ਕਿਸੇ ਫੰਕਸ਼ਨ 'ਚ ਨਹੀਂ ਜਾ ਸਕਦਾ, ਬਸ ਉਹਨਾਂ ਨੇ ਹੈਗਾ ਵੀ ਇਹੀ ਜ਼ਿੰਦਗੀ ਜੀ ਚੱਲੋ, 15 ਦਿਨ ਬਾਅਦ ਤੁਸੀਂ ਆਪਣਾ ਰਿਮੂਵ ਕਰਦੇ ਰਹੋ। ਸਾਡੇ ਕੋਲ ਉਹ ਪੇਸ਼ੈਂਟ ਜਿਨ੍ਹਾਂ ਦੇ ਕਾਫੀ ਸਾਲਾਂ ਦੇ ਕੈਥੇਟਰ ਲੱਗੇ ਹੋਏ ਨੇ, ਉਹ ਰਿਮੂਵ ਹੋਏ ਨੇ।
ਜੋ ਵੀ ਤੁਸੀਂ ਦਵਾਈ ਖਾਂਦੇ ਹੋ ਨਾਲ ਇਹਨੂੰ ਐਡ ਔਨ ਕਰੋ, 15 ਦਿਨਾਂ ਦੇ ਵਿੱਚ ਤੁਹਾਡਾ ਬਹੁਤ ਵਧੀਆ ਰਿਜ਼ਲਟ ਆਏਗਾ। ਈਵਨ ਯੂਰਿਨ 'ਤੇ ਕੰਟਰੋਲ ਨਹੀਂ ਹੈ, ਬੱਚੇ ਬੈੱਡ ਵੈਟਿੰਗ ਕਰਦੇ ਗਾ, ਅੱਧਾ ਅੱਧਾ ਚਮਚਾ, ਅੱਧਾ 1/4 ਚਮਚਾ ਬੱਚਿਆਂ ਨੂੰ ਦਿਓ, ਬੱਚਿਆਂ ਦੀ ਬੈੱਡ ਵੈਟਿੰਗ ਠੀਕ ਹੋ ਜਾਏਗੀ। ਉਹ ਕਹਿੰਦੇ ਜੀ ਅਸੀਂ ਉੱਚਾ ਹੱਸ ਲਈਏ ਜਾਂ ਅਸੀਂ ਸਾਨੂੰ ਖਾਂਸੀ ਆ ਜਾਏ ਜਾਂ ਫਿਰ ਅਸੀਂ ਕਈ ਵਾਰ ਡਰ ਕੇ ਹੁੰਦਾ ਜਾਂ ਕਈ ਵਾਰ ਹੁੰਦਾ ਕਿ ਸੁਪਨਾ ਇੱਦਾਂ ਦਾ ਆ ਗਿਆ, ਪਿਸ਼ਾਬ ਨਿਕਲ ਜਾਂਦਾ ਜੀ, ਉਹਦੇ 'ਤੇ ਵੀ ਅਸਰ ਕਰੇਗੀ ਜੀ? ਇਹਨਾਂ ਦਵਾਈਆਂ ਦੇ ਨਾਲ ਮੈਂ ਕੈਂਸਰ, ਕਿਡਨੀ ਫੇਲੀਅਰ, ਲਿਵਰ ਸਿਰੋਸਿਸ ਇਹਨਾਂ ਬਿਮਾਰੀਆਂ ਦਾ ਵੀ ਇਲਾਜ ਕਰਦਾ। ਕਿਵੇਂ ਯੂਜ਼ ਕਿਵੇਂ ਕਰਨੀ ਹੈ? ਸਲਾਮ, ਨਮਸਤੇ, ਸਤਿ ਸ਼੍ਰੀ ਅਕਾਲ। ਹਕੀਕਤ ਟੀਵੀ ਪੰਜਾਬੀ ਦੇਖ ਰਹੇ ਹੋ ਤੁਸੀਂ, ਤੁਹਾਡੇ ਨਾਲ ਮੈਂ ਹਾਂ ਕਾਸਿਫ ਫਾਰੂਕੀ। ਮੇਰੇ ਹੱਥ ਦੇ ਵਿੱਚ ਇਹ ਜਿਹੜਾ ਬੈਗ ਹੈ, ਤੁਸੀਂ ਅਕਸਰ ਹੋਸਪਿਟਲ ਦੇ ਵਿੱਚ ਜਿਹੜੇ ਮਰੀਜ਼ ਭਰਤੀ ਹੁੰਦੇ ਨੇ ਉਹਨਾਂ ਦੇ ਇਹ ਲੱਗਿਆ ਹੋਇਆ ਹੁੰਦਾ, ਅਤੇ ਇਹ ਪਿਸ਼ਾਬ ਵਾਲਾ ਬੈਗ ਹੈਗਾ ਜਿਹਨੂੰ ਪਿਸ਼ਾਬ ਵਾਲੀ ਥੈਲੀ ਵੀ ਕਹਿ ਦਿੰਦੇ ਨੇ। ਬਹੁਤ ਲੋਕਾਂ ਦੇ ਘਰਾਂ ਦੇ ਵਿੱਚ ਜਿਹੜੇ ਮਰੀਜ਼ ਹੈਗੇ ਨੇ ਜਿਨ੍ਹਾਂ ਨੂੰ ਪਿਸ਼ਾਬ ਨਾਲ ਸੰਬੰਧਿਤ ਦਿੱਕਤਾਂ ਪਰੇਸ਼ਾਨੀਆਂ ਹੈਗੀਆਂ ਨੇ, ਅਕਸਰ ਘਰਾਂ ਦੇ ਵਿੱਚ ਵੀ ਜਿਹੜਾ ਉਹ ਕਈ ਵਾਰ ਦੇਖਣ ਨੂੰ ਇਹ ਮਿਲ ਜਾਂਦਾ। ਪਰ ਅੱਜ ਅਸੀਂ ਪਹੁੰਚੇ ਹਾਂ ਹੈਬੋਵਾਲ, ਡਾਕਟਰ ਰਾਜੇਸ਼ ਠਾਕੁਰ ਸਾਹਿਬ ਕੋਲ, ਜਿਨ੍ਹਾਂ ਦਾ ਕਹਿਣਾ ਹੈ ਕਿ ਉਹਨਾਂ ਕੋਲ ਇਸ ਤਰ੍ਹਾਂ ਦਾ ਨੁਸਖਾ, ਇਸ ਤਰ੍ਹਾਂ ਦਾ ਫਾਰਮੂਲਾ ਹੈ ਕਿ ਜਿਨ੍ਹਾਂ ਦੇ ਥੈਲੀਆਂ ਲੱਗੀਆਂ ਹੋਈਆਂ ਨੇ ਪਿਸ਼ਾਬ ਵਾਲੀਆਂ, ਉਹ ਥੈਲੀਆਂ ਮਹੀਨੇ 2 ਮਹੀਨੇ ਦੇ ਵਿੱਚ ਜਿਹੜੀਆਂ ਬਹੁਤ ਛੇਤੀ, ਬਹੁਤਿਆਂ ਨੂੰ ਇੰਨਾ ਕੁ ਟਾਈਮ ਲੱਗਦਾ ਅਤੇ ਬਹੁਤਿਆਂ ਨੂੰ ਬੜੀ ਛੇਤੀ, ਮਤਲਬ ਦਿਨਾਂ ਦੇ ਵਿੱਚ ਹੀ ਇਹ ਥੈਲੀਆਂ ਉੱਤਰ ਜਾਂਦੀਆਂ ਨੇ। ਕਿਵੇਂ ਉੱਤਰਦੀਆਂ ਨੇ, ਕੀ ਦਿੱਕਤਾਂ, ਕੀ ਪਰੇਸ਼ਾਨੀਆਂ ਹੁੰਦੀਆਂ ਨੇ, ਅੱਜ ਉਹਨਾਂ ਨੇ ਇਹ ਕੋਈ ਗਿਟਕਾਂ ਵੀ ਰੱਖੀਆਂ ਨੇ ਨਾਲ, ਇਹ ਦੇਖੋ ਤੁਸੀਂ ਗਿਟਕਾਂ ਹੈਗੀਆਂ ਨੇ, ਗਿਟਕਾਂ ਦੇ ਨਾਲ ਹੀ ਉਹ ਟ੍ਰੀਟਮੈਂਟ ਜਿਹੜਾ ਦੱਸਦੇ ਨੇ, ਇਲਾਜ ਕਰਦੇ ਨੇ ਨੁਸਖਿਆਂ ਦੇ ਜ਼ਰੀਏ, ਫਾਰਮੂਲਾਂ ਦੇ ਜ਼ਰੀਏ, ਅਤੇ ਇੱਕ ਪਾਊਡਰ ਵੀ ਨਾਲੋਂ ਨਾਲ ਉਹਨਾਂ ਨੇ ਰੱਖਿਆ ਹੋਇਆ, ਇਹ ਪਾਊਡਰ ਹੈ। ਹੋਰ ਵੀ ਬਹੁਤ ਸਾਰੀਆਂ ਚੀਜ਼ਾਂ ਉਹਨਾਂ ਨੇ ਦੱਸਣ ਵਾਲੇ ਨੇ ਸਾਡੇ ਨਾਲ, ਇਹ ਕੀ ਚੀਜ਼ ਹੈਗੀ ਹੈ ਸਾਨੂੰ ਵੀ ਨਹੀਂ ਪਤਾ, ਡਾਕਟਰੀ ਲਾਈਨ ਦੀ ਚੀਜ਼ ਹੈ ਇਹ ਤਾਂ ਚਲੋ ਸਾਨੂੰ ਦਿਖ ਜਾਂਦਾ, ਅਤੇ ਇਹ ਕੀ ਚੀਜ਼ ਸਾਨੂੰ ਇਹ ਵੀ ਨਹੀਂ ਪਤਾ। ਔਰ ਇੱਕ ਹੋਰ ਬੜੀ ਬਾਰੀਕ ਜੀ, ਇਹ ਨਲੀ ਅਸੀਂ ਕਹਿ ਦਿੰਦੇ ਹਾਂ ਕਿ ਨਲੀ ਜੀ ਰੱਖੀ ਹੋਈ ਹੈ, ਇਹ ਵੀ ਅਸੀਂ ਸਮਝਾਂਗੇ ਵੀ ਇਹ ਕੀ ਕੰਮ ਆਉਂਦੀ ਹੈ। ਅਸੀਂ ਸ਼ੁਰੂਆਤ ਕਰ ਲੈਂਦੇ ਹਾਂ, ਬੜਾ ਕੀਮਤੀ ਸਮਾਂ ਹੁੰਦਾ ਡਾਕਟਰ ਸਾਹਿਬ ਦਾ, ਗੱਲਬਾਤ ਕਰਕੇ ਅਸੀਂ ਸਮਝਣ ਦੀ ਕੋਸ਼ਿਸ਼ ਕਰਾਂਗੇ ਕਿ ਪਿਸ਼ਾਬ ਨਾਲ ਸੰਬੰਧਿਤ ਜਿਹੜੀਆਂ ਦਿੱਕਤਾਂ ਪਰੇਸ਼ਾਨੀਆਂ, ਪਿਛਲੀ ਵਾਰ ਉਹਨਾਂ ਨੇ ਗਦੂਦਾ ਦੇ ਉੱਤੇ ਜਾਣਕਾਰੀ ਦਿੱਤੀ ਸੀ ਅਤੇ ਦੱਸਿਆ ਸੀ ਕਿ ਜੇਕਰ ਕਿਸੇ ਨੂੰ ਵਾਰ ਵਾਰ ਪਿਸ਼ਾਬ ਆਉਂਦਾ ਤਾਂ ਉਸ ਨੂੰ ਬਿਲਕੁਲ ਵੀ ਹਲਕੇ 'ਚ ਨਹੀਂ ਲੈਣਾ ਚਾਹੀਦਾ, ਜਾਂ ਫਿਰ ਇੱਕ ਵਾਰ ਜਾਂ ਇੱਕ ਤੋਂ ਜ਼ਿਆਦਾ ਵਾਰ, ਤੁਹਾਨੂੰ ਲੱਗਦਾ ਕਿ ਦਿਨ 'ਚ 10 ਵਾਰ ਜਾਂ 12 ਵਾਰ ਜਾਂ 15 ਵਾਰ ਜਾਂ 25 ਵਾਰ ਤੁਹਾਨੂੰ ਪਿਸ਼ਾਬ ਜਾਣਾ ਪੈਂਦਾ, ਤਾਂ ਸਮਝੋ ਵੀ ਇਹ ਤੁਹਾਡੇ ਲਈ ਖਤਰੇ ਦੀ ਘੰਟੀ ਹੈ। ਡਾਕਟਰ ਸਾਹਿਬ ਬਹੁਤ ਬਹੁਤ ਸਵਾਗਤ ਹੈ ਜੀ ਹਕੀਕਤ ਟੀਵੀ ਪੰਜਾਬੀ 'ਤੇ ਇੱਕ ਵਾਰ ਫਿਰ। ਹਾਂਜੀ, ਸਵਾਗਤ ਤੁਹਾਡਾ ਵੀ ਫਰੂਕੀ ਸਾਹਿਬ ਜੀ। ਅੱਛਾ ਡਾਕਟਰ ਸਾਹਿਬ, ਪਿਛਲੀ ਵਾਰ ਤੁਸੀਂ ਦੱਸਿਆ ਸੀ ਵੀ ਜੇਕਰ ਪਿਸ਼ਾਬ ਵਾਰ ਵਾਰ ਤੁਹਾਨੂੰ ਆਵੇ ਜਾਂ ਵਾਰ ਵਾਰ ਆਵੇ ਪਰ ਉਸ ਪ੍ਰੈਸ਼ਰ ਨਾਲ ਨਾ ਆਵੇ, ਜਾਂ ਉਸ ਪ੍ਰੈਸ਼ਰ ਨਾਲ ਵੀ ਆਵੇ ਅਤੇ ਜਿਹੜੀ ਧਾਰ ਹੈਗੀ ਹੈ ਉਹ ਪਤਲੀ ਬਣੇ, ਜਾਂ ਫਿਰ ਵਾਰ ਵਾਰ ਤੁਹਾਨੂੰ ਰਾਤ ਨੂੰ ਉੱਠ ਕੇ ਪਿਸ਼ਾਬ ਜਾਣ ਦੀ ਜ਼ਰੂਰਤ ਮਹਿਸੂਸ ਹੋਵੇ, ਤਾਂ ਇਹ ਖਤਰੇ ਦੀ ਘੰਟੀ ਹੈ ਜੀ। ਬਿਲਕੁਲ ਫਰੂਕੀ ਸਾਹਿਬ, ਹੁਣ ਜਿਸ ਤਰ੍ਹਾਂ ਕਿ ਤੁਸੀਂ ਲਾਸਟ ਇੰਟਰਵਿਊ ਦੇ ਵਿੱਚ ਅਸੀਂ ਪ੍ਰੋਸਟੇਟ ਔਰ ਪ੍ਰੋਸਟੇਟੋਮਗੈਲੀ ਬਾਰੇ ਔਰ ਯੂਰਿਨ ਇਨਕੋਂਟੀਨੈਂਸ ਬਾਰੇ ਅਸੀਂ ਗੱਲ ਕੀਤੀ ਸੀਗੀ, ਅਤੇ ਹਾਲਾਂਕਿ ਉਹ ਦੋ ਚੀਜ਼ਾਂ ਦੇ ਨਾਲ ਪੂਰਾ ਇਹ ਕੰਪਲੀਟ ਨਹੀਂ ਹੁੰਦਾ, ਜਿਹਦੇ ਬਾਰੇ ਮੈਂ ਹੁਣ ਤੁਹਾਨੂੰ ਹੋਰ ਦੱਸੂੰਗਾ। ਦੇਖੋ, ਲਾਸਟ ਟਾਈਮ ਅਸੀਂ ਪ੍ਰੋਸਟੇਟ ਬਾਰੇ ਗੱਲ ਕੀਤੀ ਸੀ, ਇਹ ਦੇਖੋ ਪ੍ਰੋਸਟੇਟ, ਨੋਰਮਲ ਪ੍ਰੋਸਟੇਟ ਇਹ ਹੁੰਦੇ ਜਦੋਂ ਇਨਲਾਰਜ ਪ੍ਰੋਸਟੇਟ ਹੋ ਜਾਂਦੇ, ਜਿਹਨੂੰ BPH ਕਹਿੰਦੇ ਹੈਗੇ ਆ,
ਉਦੋਂ ਆਹ ਕੰਡੀਸ਼ਨ ਹੋ ਜਾਂਦੀ ਹੈਗੀ ਹੈ, ਜਿਹਦੇ ਲਈ ਅਸੀਂ ਦਵਾਈਆਂ ਦਾ ਕੁਛ ਨੁਸਖੇ ਦੱਸੇ ਸੀ, ਉਹਦੇ ਨਾਲ ਕਾਫੀ ਪੇਸ਼ੈਂਟਸ ਨੂੰ ਆਰਾਮ ਮਿਲ ਰਿਹਾ ਹੈਗਾ। ਦੂਜਾ ਸਾਡਾ ਟੋਪਿਕ ਸੀਗਾ ਯੂਰਿਨ ਇਨਕੌਂਟੀਨੈਂਸ। ਉਹ ਕੀ ਹੁੰਦਾ ਜੀ ਯੂਰਿਨ ਇਨਕੌਂਟੀਨੈਂਸ? ਵੀ ਯੂਰਿਨ ਵਾਰ ਵਾਰ ਤੁਹਾਨੂੰ ਆਉਂਦਾ ਹੈਗਾ, ਉਹਦੇ ਕੰਟਰੋਲ ਤੁਹਾਡਾ ਘੱਟ ਜਾਂਦਾ ਹੈਗਾ, ਲੀਕੇਜ ਹੋਣੀ ਸ਼ੁਰੂ ਹੋ ਜਾਂਦੀ ਹੈਗੀ, ਜਿਹਦੇ ਵਿੱਚ ਲੇਡੀਜ਼ ਨੂੰ ਔਰ ਜੈਂਟਸ ਓਲਡ ਏਜ ਪਰਸਨ ਨੂੰ ਇਹ ਕਾਫੀ ਜ਼ਿਆਦਾ, ਈਵਨ ਜਿਨ੍ਹਾਂ ਦੇ ਪ੍ਰੋਸਟੇਟ ਜ਼ਿਆਦਾ ਹੋਣ ਉਹਨਾਂ ਨੂੰ ਵੀ ਇਹ ਸਮੱਸਿਆ ਹੁੰਦੀ ਹੈਗੀ ਹੈ। ਠੀਕ ਹੈ, ਉਸ ਤੋਂ ਬਾਅਦ ਅਗਲੀ ਸਟੇਜ ਹੁੰਦੀ ਹੈਗੀ ਹੈ ਵੀ ਜਦੋਂ ਤੁਹਾਨੂੰ ਯੂਰਿਨ ਜ਼ਿਆਦਾ ਆਉਂਦਾ ਹੈਗਾ ਅਤੇ ਯੂਰਿਨ ਤੁਹਾਡੇ ਬਲੈਡਰ 'ਚੋਂ ਨਹੀਂ ਨਿਕਲਦਾ, ਜਿਹਨੂੰ ਕਹਿੰਦੇ ਹੈਗੇ ਯੂਰਿਨ ਰਿਟੈਂਸ਼ਨ। ਬਲੈਡਰ ਦੇ ਵਿੱਚ ਯੂਰਿਨ ਆ, ਦੇਖੋ ਇਹਦੇ 'ਚ ਬਹੁਤ ਵਧੀਆ, ਜਦੋਂ ਤੁਹਾਡਾ ਬਲੈਡਰ ਭਰ ਜਾਂਦਾ ਤੁਹਾਡੇ ਦਿਮਾਗ ਨੂੰ ਇਹ ਮੈਸੇਜ ਆ ਰਿਹਾ ਹੈਗਾ ਵੀ ਮੈਨੂੰ ਯੂਰਿਨ ਆਇਆ ਹੈਗਾ। ਠੀਕ ਹੈ ਨਾ, ਅਸੀਂ ਜਾਂਦੇ ਹਾਂ ਯੂਰਿਨ ਕਰਦੇ ਹਾਂ, ਬਲੈਡਰ ਖਾਲੀ ਹੋ ਜਾਂਦਾ ਹੈਗਾ। ਪਰ ਇੱਕ ਕੋਈ ਸਟੇਜ ਐਸੀ ਆਉਂਦੀ ਹੈਗੀ ਵੀ ਤੁਹਾਨੂੰ ਯੂਰਿਨ ਬਲੈਡਰ ਤਾਂ ਤੁਹਾਡਾ ਭਰ ਗਿਆ ਹੈਗਾ ਪਰ ਤੁਹਾਨੂੰ ਮੈਸੇਜ ਨਹੀਂ ਆ ਰਿਹਾ ਹੈਗਾ। ਇਹ ਤਾਂ ਚਲੋ ਅਸੀਂ ਸਮਝ ਰਹੇ ਹਾਂ ਜੀ, ਤੁਸੀਂ ਸਮਝਾਓਗੇ ਵੀ, ਪਰ ਇੱਕ ਵਾਰ ਫਿਰ ਉਹ ਕੀ ਹੁੰਦਾ ਇਹਦੇ ਵਿੱਚ? ਤੁਸੀਂ ਕਹਿ ਰਹੇ ਹੋ ਕਿ ਦਿਮਾਗ ਨੂੰ ਸਿਗਨਲ ਹੈਗੇ ਨੇ ਜਿਹੜੇ, ਇੱਦਾਂ ਦੇ ਸਿਗਨਲ, ਇਹ ਵਾਲੇ ਸਿਗਨਲ ਨੇ ਜਿਹੜੇ ਉਹ ਨਹੀਂ ਜਾਂਦੇ, ਅਤੇ ਫਿਰ ਜਿਹੜਾ ਵਾਰ ਵਾਰ ਪਿਸ਼ਾਬ ਕਰਨ ਦਾ ਸਿਗਨਲ ਜਾਂਦਾ ਜੀ, ਪਿਸ਼ਾਬ ਆਉਂਦਾ ਨਹੀਂ, ਉਹ ਕੀ ਹੁੰਦਾ ਜੀ? ਹਾਂਜੀ, ਉਹਦੇ ਵਿੱਚ ਕੀ ਹੈਗਾ, ਉਹਦੇ ਵਿੱਚ ਇੱਕ ਅਗਲੀ ਪ੍ਰੋਬਲਮ ਹੈਗੀ, ਉਹਨੂੰ ਕਹਿੰਦੇ ਯੂਰੀਥਰਲ ਸਟ੍ਰਿਕਚਰ। ਯਾਨੀ ਕਿ ਤੁਹਾਡਾ ਯੂਰਿਨ ਵੀ ਬਹੁਤ ਵਧੀਆ ਬਣ ਰਿਹਾ, ਬਲੈਡਰ ਵੀ ਤੁਹਾਨੂੰ ਸਿਮਟਮ ਦੇ ਰਿਹਾ ਹੈਗਾ, ਪਰ ਜਿਹੜਾ ਯੂਰਿਨ ਦਾ ਰਸਤਾ ਹੈਗਾ ਉਹ ਤੁਹਾਡਾ ਟਾਈਟ ਹੋ ਜਾਂਦਾ, ਬਰੀਕ। ਉਹਦਾ ਹੱਲ ਵੀ ਤੁਸੀਂ ਕੀਤਾ ਹੋਇਆ? ਅੱਛਾ, ਜਿੱਦਾਂ ਯੂਰਿਨ ਦੀ ਪਾਈਪ ਹੈਗੀ ਹੈ ਉਹ ਇਹਦੇ ਅੰਦਰ ਪ੍ਰੋਟੀਨ ਦੇ ਕਲੋਜਨ ਜੰਮ ਜਾਂਦੇ ਹੈਗੇ ਆ, ਜਿਹਦੇ ਨਾਲ ਕਿ ਰਸਤਾ ਟਾਈਟ ਹੋ ਜਾਂਦਾ, ਅਸੀਂ ਜ਼ੋਰ ਲਗਾਉਂਦੇ ਹੈਗੇ ਹਾਂ, ਉਹ ਸਾਨੂੰ ਯੂਰਿਨ ਥੋੜ੍ਹਾ ਜਿਹਾ ਆਉਂਦਾ, ਅਸੀਂ ਸੈਟਿਸਫਾਈਡ ਹੋ ਕੇ ਬੈਠ ਜਾਂਦੇ ਹਾਂ, 15-20 ਮਿੰਟ ਅੱਧੇ ਘੰਟੇ ਬਾਅਦ ਫਿਰ ਸਾਨੂੰ ਯੂਰਿਨ ਦੀ ਅਰਜ਼ ਹੁੰਦੀ ਹੈ, ਫਿਰ ਜਾਂਦੇ ਹੈਗੇ, ਫਿਰ ਇਹੀ ਸਮੱਸਿਆ ਹੁੰਦੀ ਹੈ। ਪਰ ਤਾਂ ਜੀ ਜਲਨ ਵੀ ਹੋਣ ਲੱਗ ਜਾਂਦੀ ਹੈ ਪਿਸ਼ਾਬ ਦੇ ਨਾਲ? ਦੇਖੋ ਇਸ ਜਗ੍ਹਾ 'ਤੇ ਇਹ ਕੋਈ ਤੁਹਾਡੀ ਪੁਰਾਣੀ ਸੱਟ ਲੱਗੀ ਹੋਈ ਜਾਂ ਕੋਈ ਇਸ ਜਗ੍ਹਾ 'ਤੇ ਇੰਜਰੀ ਹੋ ਗਈ ਜਾਂ ਕੋਈ ਜਿੱਦਾਂ ਤੁਹਾਡਾ ਸਟੋਨ ਰਿਮੂਵ ਹੋਇਆ ਹੈਗਾ, ਉਹਨੇ ਅੰਦਰ ਜ਼ਖਮ ਕਰਤਾ, ਜਦੋਂ ਉਹ ਜ਼ਖਮ ਫਿੱਲ ਹੁੰਦਾ ਹੈਗਾ ਉਹਨੇ ਇਸ ਜਗ੍ਹਾ 'ਤੇ ਆਪਣਾ ਇੱਕ ਗੱਠ ਜੀ ਬਣਾ ਦੇਣੀ ਹੈਗੀ ਹੈ। ਹਾਂਜੀ ਹਾਂਜੀ, ਠੀਕ ਹੈ, ਜਿਹਦੇ ਨਾਲ ਕਿ ਤੁਹਾਡਾ ਯੂਰਿਨ ਯੂਰੀਥਰਾ ਦੇ ਅੰਦਰ, ਇਹਦੇ ਲਈ ਆਮ ਤੌਰ 'ਤੇ ਮਾਡਰਨ ਸਾਇੰਸ ਦੇ ਵਿੱਚ ਕੀ ਹੱਲ ਦੱਸਦੇ ਆ ਵੀ ਯੂਰੀਥਰੋਪਲਾਸਟੀ, ਜਿੱਦਾਂ ਹਾਰਟ ਦੀ ਹੁੰਦੀ ਹੈ, ਠੀਕ ਹੈ ਨਾ, ਐਂਜੀਓਪਲਾਸਟੀ ਹੁੰਦੀ ਨਾ, ਉੱਦਾਂ ਯੂਰੀਥਰੋਪਲਾਸਟੀ ਇੱਕ ਵੱਡਾ ਆਪਰੇਸ਼ਨ ਹੁੰਦਾ ਜਿਹਦੇ ਵਿੱਚ ਮੂੰਹ ਦੇ ਅੰਦਰੋਂ ਮਾਸ ਲੈ ਕੇ ਉਹਦੀ ਪਾਈਪ ਬਣਾ ਕੇ ਅੰਦਰ ਨਵਾਂ ਪੈਸੇ ਬਣਾਇਆ ਜਾਂਦਾ ਹੈਗਾ, ਜਿਹਦੇ ਕਿ ਬਹੁਤ ਜ਼ਿਆਦਾ ਕਾਮਯਾਬੀ ਨਹੀਂ ਹੈਗੀ, ਪੇਸ਼ੈਂਟ ਦਾ ਪੇਨਫੁੱਲ ਇੱਕ ਪ੍ਰੋਸੀਜਰ ਹੈ, ਨਾਲੇ ਸੈਕੰਡਲੀ ਉਸ ਤੋਂ ਬਾਅਦ ਵੀ ਰੀਐਕਰੈਂਸ ਇਹਦੀ ਹੈਗੀ ਹੈ, ਕਿਉਂਕਿ ਸਾਡੇ ਤੋਂ ਕਰਾਉਣ ਤੋਂ ਬਾਅਦ ਵੀ ਪੇਸ਼ੈਂਟ ਆਉਂਦੇ ਹੈਗੇ ਆ। ਅਸੀਂ ਕੁਛ ਨੁਸਖਾ ਦੱਸਦੇ ਹਾਂ, ਐਜ਼ ਵੈਲ ਐਜ਼ ਸਾਡੀਆਂ ਜਿਹੜੀਆਂ ਸਪੈਜਰਿਕ ਮੈਡੀਸਨ ਜਿਹਦੇ ਨਾਲ ਮੈਂ ਗੱਲ ਕੀਤੀ, ਉਹਦੇ ਨਾਲ ਅਸੀਂ ਕਾਫੀ ਪੇਸ਼ੈਂਟਸ ਦਾ ਇਹ ਠੀਕ ਕਰ ਚੁੱਕੇ ਹਾਂ। ਠੀਕ ਹੈ ਨਾ, ਅੱਛਾ, ਉਸ ਤੋਂ ਜਿਹੜੀ ਦੂਸਰੀ ਸਟੇਜ ਹੈ ਜਿਹਦੇ ਵਿੱਚ ਮੈਂ ਦੱਸਿਆ ਵੀ ਯੂਰਿਨ ਬੈਗ ਕਿਉਂ ਲੱਗਦਾ ਹੈਗਾ, ਦੇਖੋ ਜਦੋਂ ਮੈਂ ਆਹ ਦੱਸਿਆ ਵੀ ਤੁਹਾਡਾ ਬਲੈਡਰ ਦਾ ਪੂਰਾ ਹੈਗਾ ਜਾਂ ਸਟ੍ਰਿਕਚਰ ਦੀ ਵਜ੍ਹਾ ਨਾਲ ਰਸਤਾ ਅੰਦਰ ਘੱਟ ਹੈਗਾ, ਯੂਰਿਨ ਬਾਹਰ ਨਹੀਂ ਆ ਰਿਹਾ ਜਾਂ ਬਲੈਡਰ ਵੀਕ ਹੋਣ ਦੇ ਕਰਕੇ ਤੁਹਾਨੂੰ ਸਿਗਨਲ ਨਹੀਂ ਦੇ ਰਿਹਾ, ਫਿਰ ਕੀ ਡਾਕਟਰ ਕੀ ਕਰਦੇ ਹੈਗੇ ਆ, ਇਹ ਤੁਹਾਡੇ ਯੂਰਿਨੀ ਬੈਗ ਲਗਾ ਦਿੰਦੇ ਹੈਗੇ। ਠੀਕ ਹੋ, ਇਹ ਬੈਗ ਹੁੰਦਾ, ਇਹ ਕੈਥੇਟਰ ਦੇ ਨਾਲ ਲਗਾ ਕੇ ਇਹਦੇ ਵਿੱਚ ਕਰ ਦਿੰਦਾ, ਫਿਰ ਤੁਹਾਡਾ ਇਹ ਸਮੱਸਿਆ ਤੋਂ ਤੁਸੀਂ ਪਿਸ਼ਾਬ ਆਪਣੇ ਆਪ ਬਣੀ ਜਾਂਦਾ ਆਈ ਜਾਂਦਾ, ਪਰ ਇੱਕ ਬੜੀ ਪੇਨਫੁਲ ਸਥਿਤੀ ਹੁੰਦੀ ਹੈ, 15 ਦਿਨ ਬਾਅਦ ਇਹਨੂੰ ਚੇਂਜ ਕਰਨਾ ਪੈਂਦਾ। ਉਹਦੇ ਨਾਲ ਇਨਫੈਕਸ਼ਨ ਵੀ ਬੜੀਆਂ ਸੁਣੀਆਂ ਨੇ ਜੀ, ਸਾਡੇ ਯੂਰਿਨਲੀ ਬੈਗ ਲੱਗਿਆ ਹੋਇਆ ਸੀ, ਪਿਸ਼ਾਬ ਵਾਲਾ ਥੈਲੀ ਲੱਗੀ ਹੋਈ ਸੀ ਸਾਡੇ, ਅਤੇ ਮਾਤਾ ਨੂੰ ਇਨਫੈਕਸ਼ਨ ਹੋ ਗਈ, ਸਾਡੇ ਪਿਤਾ ਨੂੰ ਇਨਫੈਕਸ਼ਨ ਹੋ ਗਈ, ਉਸ ਤੋਂ ਬਾਅਦ ਇਨਫੈਕਸ਼ਨ ਵੱਧਦੀ ਇਹ 7 ਤੱਕ ਵੱਧ ਗਈ, ਉਹ ਕੈਂਸਰ ਕਿਵੇਂ ਹੋ ਜਾਂਦਾ ਜੀ, ਫਿਰ ਇਹ ਕੈਂਸਰ ਕਿਵੇਂ ਬਣਦਾ? ਹਾਂਜੀ, ਤੁਸੀਂ ਤਾਂ ਕਹਿ ਰਹੇ ਸੀ, ਦੱਸ ਰਹੇ ਸੀ ਵੀ ਜੇ ਤੁਸੀਂ ਟਾਈਮਲੀ ਨਾ ਇਹਦਾ ਟ੍ਰੀਟ ਕਰਵਾਇਆ ਅਤੇ ਇਹ ਜਿਹੜੀ ਸਮੱਸਿਆ ਹੈਗੀ ਪਿਸ਼ਾਬ ਦੀ,
ਅਤੇ ਕੈਂਸਰ ਦਾ ਰੂਪ ਧਾਰਨ ਕਰ ਸਕਦੀ ਹੈ, ਉਹ ਕਿਵੇਂ ਜੀ? ਜੀ ਦੇਖੋ, ਜਦੋਂ ਤੁਹਾਨੂੰ ਮੰਨ ਲਓ ਬੈਗ ਲੱਗਣ ਨੂੰ ਕਾਫ਼ੀ ਦੇਰ ਹੋ ਰਹੀ ਹੈ, ਬੈਗ ਅੰਦਰ ਤੁਹਾਡੇ ਬਲੱਡ ਅੰਦਰ ਯੂਰਿਨ ਪਿਆ ਹੈਗਾ, ਯੂਰਿਨ ਵੀ ਇਟ ਸੈਲਫ ਤੁਹਾਡੇ ਕਈ ਵਾਰੀ ਯੂਰਿਨ ਕੀ ਹੈ ਆਪਣਾ ਰਿਫਲੈਕਸ ਮਾਰ ਜਾਂਦਾ ਹੈਗਾ, ਉਹ ਕਿਡਨੀ ਦੇ ਵਿੱਚ ਦੁਆਰਾ ਐਂਟਰ ਕਰ ਜਾਂਦਾ, ਜਿਹਨੂੰ ਹਾਈਡਰੋਨਫਰੋਸਿਸ ਕਹਿ ਦਿੰਦੇ, ਕਿਡਨੀ ਸਾਈਜ਼ ਉਹਦਾ ਬੜਾ ਹੋ ਜਾਂਦਾ, ਫੁੱਲ ਜਾਂਦੀ ਹੈ, ਉਹ 'ਚ ਇਨਫਲਾਮੇਸ਼ਨ ਹੋ ਜਾਂਦੀ ਹੈ, ਫਿਰ ਤੁਹਾਡਾ ਉੱਧਰੋਂ ਯੂਰਿਨ ਯੂਰੀਆ ਕ੍ਰੇਟਿਨਿਨ ਵਧਣਾ ਸ਼ੁਰੂ ਹੋ ਜਾਂਦਾ, ਜਿਹਨੂੰ ਰੀਨਲ ਫੇਲੀਅਰ ਕਹਿੰਦੇ ਹੈਗੇ ਆ, ਠੀਕ ਨਾ? ਬਟ ਜਦੋਂ ਦੇਖੋ ਆਹ ਸਟੇਜ ਦੇ ਯੂਰਨੀ ਬੈਗ ਲੱਗ ਗਿਆ, ਯੂਰਨੀ ਬੈਗ ਲੱਗਿਆ, ਅੰਦਰ ਇਨਫੈਕਸ਼ਨ ਹੋ ਰਹੀ, ਤੁਹਾਡੇ ਪਸ ਸੈਲ ਇਨਕਰੀਜ਼ ਹੋ ਗਏ, ਕਿਸੇ ਪਾਸੇ ਵੀ ਜ਼ਖਮ ਹੋਇਆ, ਫਿਰ ਉਸ ਤੋਂ ਬਾਅਦ ਤੁਹਾਨੂੰ ਬਲੈਡਰ ਦਾ ਕੈਂਸਰ ਹੋਣ ਦੀ ਸੰਭਾਵਨਾ ਬਹੁਤ ਵੱਧ ਜਾਂਦੀ ਹੈਗੀ ਆ। ਦੇਖੋ ਇਹਦੇ ਮੈਂ ਦੱਸਿਆ ਹੋਇਆ, ਆਹ ਦੇਖੋ, ਇਹ ਦੇਖੋ ਇਹਨੂੰ ਕਹਿੰਦੇ ਬਲੈਡਰ ਕੈਂਸਰ ਸਟਾਰਟਿੰਗ। ਦੇਖੋ ਬਿਲਕੁਲ ਮਾੜਾ ਜਿਹਾ ਇੱਕ ਜ਼ਖਮ ਟਾਈਪ ਹੁੰਦਾ ਹੈਗਾ, ਜਿਹੜਾ ਫਿਰ ਵੱਧ ਵੱਧ ਕੇ ਦੇਖੋ ਸਟੇਜ 1 ਹੈ, ਸਟੇਜ 2, 3, 4, ਉਸ ਤੋਂ ਬਾਅਦ ਫਿਰ ਓਪਰੇਟ ਕਰਕੇ ਬਲੈਡਰ ਰਿਮੂਵ ਕਰ ਦਿੰਦੇ ਹੈਗੇ ਆ, ਜਿਹਦੇ ਨਾਲ ਫਿਰ ਬਾਅਦ 'ਚੋਂ ਯੂਰੋ ਬੈਗ ਯੂਰੀਨ ਆਪਣਾ ਬਲੈਡਰ ਬਾਹਰ ਲੱਗ ਜਾਂਦਾ, ਯੂਰੋ ਬੈਗ ਯਾਨੀ ਕਿ ਬੜੀ ਪੇਨਫੁਲ ਜਿਹੀ ਸਥਿਤੀ ਹੋ ਜਾਂਦੀ। ਬਹੁਤ ਵਾਰ ਤਾਂ ਹੁੰਦੇ ਜੀ ਟੈਸਟੀਕਲ ਵੀ ਰਿਮੂਵ ਕਰ ਦਿੰਦੇ। ਹਾਂਜੀ ਹਾਂਜੀ, ਉਹ ਜਦੋਂ ਪ੍ਰੋਸਟੇਟ ਕੈਂਸਰ ਹੋ ਜਾਂਦਾ, ਦੇਖੋ ਆਹ ਪ੍ਰੋਸਟੇਟ ਕੈਂਸਰ ਦੀ ਸਿਚੁਏਸ਼ਨ ਹੈਗੀ ਹੈ, ਆਹ ਦੇਖੋ ਇਹ ਪ੍ਰੋਸਟੇਟ ਕੈਂਸਰ ਦਾ। ਦੇਖੋ ਤੁਸੀਂ ਸਾਰਾ ਕੁਝ ਸਮਝਾਉਣੇ ਹੋ ਫਿਰ ਨਾਲ। ਹਾਂਜੀ ਹਾਂਜੀ, ਹਰੇਕ ਨੂੰ ਸਮਝਾਉਣੇ ਹੋ ਜੀ ਇਹ? ਬਿਲਕੁਲ, ਪੇਸ਼ੈਂਟ ਨੂੰ ਪੂਰੀ ਤਰ੍ਹਾਂ ਸਮਝਾ ਕੇ, ਆਮ ਤੌਰ 'ਤੇ ਕਿਸੇ ਨੂੰ ਪਤਾ ਹੀ ਨਹੀਂ ਪ੍ਰੋਸਟੇਟ ਹੁੰਦੇ ਕੀ, ਇਹਦੇ ਕਿੱਥੇ ਹੁੰਦੇ ਹੈਗੇ ਆ, ਯੂਰਨੀ ਬਲੈਡਰ ਕਿੱਥੇ ਹੁੰਦਾ, ਉਹਦਾ ਕੀ ਕੰਮ ਹੈਗਾ। ਆਮ ਤੌਰ 'ਤੇ ਦੇਖਿਆ ਜਾਵੇ ਮਾਡਰਨ ਸਾਇੰਸ 'ਚ ਇਹਦਾ ਬਹੁਤ ਜ਼ਿਆਦਾ ਕੋਈ ਇਲਾਜ ਹੈ ਨਹੀਂ, ਈਵਨ ਪ੍ਰੋਸਟੇਟ ਤੱਕ ਇਲਾਜ ਹੈ ਨਹੀਂ। ਆਮ ਤੌਰ 'ਤੇ ਓਪਰੇਸ਼ਨ ਕਰਨ ਤੋਂ ਬਾਅਦ ਪੇਸ਼ੈਂਟ ਨੂੰ ਭੇਜ ਦਿੰਦੇ ਆ, 15 ਦਿਨਾਂ ਬਾਅਦ ਪੇਸ਼ੈਂਟ ਦੁਬਾਰਾ ਆ ਜਾਂਦਾ ਜੀ। ਡਾਕਟਰ ਤਾਂ ਕਹਿੰਦੇ ਨੇ ਜੀ ਚਲੋ ਹੁਣ ਜਦੋਂ ਇੱਕ ਵਾਰ ਨਾਲੀ ਲੱਗ ਗਈ ਤਾਂ ਸ਼ਮਸ਼ਾਨ 'ਚ ਨਾਲੀ ਜਾਊਗੀ। ਹਾਂ, ਨਹੀਂ ਨਹੀਂ ਨਹੀਂ, ਦੇਖੋ ਉਹ ਨਾਲੀ ਵਾਲੀ ਇੱਕ ਬੜੀ ਦਰਦਨਾਕ ਸਥਿਤੀ ਹੁੰਦੀ ਹੈ। ਦਰਦਨਾਕ ਵੀ ਹੁੰਦੀ, ਦਰਦਨਾਕ ਤੋਂ ਉੱਪਰ ਸ਼ਰਮਨਾਕ ਵੀ ਹੁੰਦੀ ਹੈ, ਔਰ ਹੋਰ ਤੇ ਹੋਰ ਜਿਸ ਨੂੰ ਪਿਸ਼ਾਬ ਵਾਰ ਵਾਰ ਅਰਜ਼ ਹੁੰਦੀ ਹੈ ਪਿਸ਼ਾਬ ਦੀ, ਉਹ ਕਿਸੇ ਵਿਆਹ 'ਚ ਨਹੀਂ ਜਾ ਸਕਦਾ, ਦੋਸਤਾਂ 'ਚ ਨਹੀਂ ਬੈਠ ਸਕਦਾ, ਕਿਸੇ ਫੰਕਸ਼ਨ 'ਚ ਨਹੀਂ ਜਾ ਸਕਦਾ, ਅਸੀਂ ਈਵਨ ਕਿ ਬਹੁਤ ਸਾਰੀਆਂ ਕੋਈ ਇੰਪੋਰਟੈਂਟ ਮੀਟਿੰਗ ਹੋਵੇ ਕਾਰੋਬਾਰ ਦੀ ਜਾਂ 4 ਬੰਦੇ 'ਚ ਬੈਠਣਾ ਹੋਵੇ ਉੱਥੇ ਨਹੀਂ ਬੈਠ ਸਕਦਾ। ਬਹੁਤ ਵਾਰ ਸਥਿਤੀ ਤਾਂ ਇਹ ਹੁੰਦੀ ਹੈ, ਮੈਂ ਇਸ ਤਰ੍ਹਾਂ ਦੇ ਵੀ ਲੋਕਾਂ ਨੂੰ ਜਾਣਦਾ ਜਿਹੜੇ ਕਹਿੰਦੇ ਵੀ ਅਸੀਂ ਡਾਇਪਰ ਲਾ ਕੇ ਬੈਠਦੇ ਹਾਂ, ਜਿਹਨਾਂ ਦਾ ਪਿਸ਼ਾਬ ਮਤਲਬ ਅਸੀਂ ਰੋਕ ਹੀ ਨਹੀਂ ਸਕਦੇ। ਹਾਂਜੀ ਹਾਂਜੀ, ਦੇਖੋ ਜਦੋਂ ਡਾਕਟਰ ਵੱਲੋਂ ਇਹ ਕਰਤਾ ਜਾਵੇ ਡਾਇਪਰ ਤੁਹਾਡੇ ਕੈਥੇਟਰ ਲੱਗ ਗਿਆ, ਯੂਰਨੀ ਬੈਗ ਲੱਗ ਗਿਆ, ਉਸ ਤੋਂ ਬਾਅਦ ਉਹਨਾਂ ਕੋਲ ਇਸ ਚੀਜ਼ ਦਾ ਕੋਈ ਇਲਾਜ ਨਹੀਂ ਹੈਗਾ, ਬਸ ਉਹਨਾਂ ਨੂੰ ਇਹ ਹੈਗਾ ਵੀ ਇਹੀ ਜ਼ਿੰਦਗੀ ਜੀ ਚੱਲੋ, 15 ਦਿਨ ਬਾਅਦ ਤੁਸੀਂ ਆਪਣਾ ਰਿਮੂਵ ਕਰਦੇ ਰਹੋ। ਸਾਡੇ ਕੋਲ ਉਹ ਪੇਸ਼ੈਂਟ ਜਿਨ੍ਹਾਂ ਦੇ ਕਾਫੀ ਸਾਲਾਂ ਦੇ ਕੈਥੇਟਰ ਲੱਗੇ ਹੋਏ ਨੇ, ਉਹ ਰਿਮੂਵ ਹੋਏ ਨੇ, ਠੀਕ ਹੈ ਨਾ, ਕਿਉਂਕਿ ਬਲੈਡਰ ਦੇ ਵਿੱਚ ਪਾਵਰ ਨਹੀਂ ਹੈ, ਬਲੈਡਰ ਨੇ ਤੁਹਾਡਾ ਉਹ ਕੋਈ ਸਾਈਨ ਨਹੀਂ ਦੇਣਾ ਹੈਗਾ, ਬਲੈਡਰ ਨੇ ਸਕੁਈਜ਼ ਨਹੀਂ ਹੋਣਾ ਹੈਗਾ, ਉਹ ਯੂਰਿਨ ਤਾਂ ਬਣ ਰਿਹਾ ਹੈਗਾ ਪਰ ਆਊਟਪੁੱਟ ਦਾ ਰਸਤਾ ਵੀ ਬੰਦ ਹੈਗਾ, ਯੂਰੇਥਰਲ ਸਟ੍ਰਕਚਰ, ਇਹਨਾਂ ਸਾਰੀਆਂ ਚੀਜ਼ਾਂ ਦਾ ਇਲਾਜ ਹੈਗਾ, ਅਤੇ ਬਹੁਤ ਅੱਛੇ ਢੰਗ ਨਾਲ ਪੇਸ਼ੈਂਟ ਨੂੰ ਪਹਿਲੇ ਮਹੀਨੇ ਦੇ ਵਿੱਚ ਹੀ ਫਰਕ ਪੈਣਾ ਸ਼ੁਰੂ ਹੋ ਜਾਂਦਾ ਹੈਗਾ। ਉਹਦੇ ਵਾਸਤੇ ਫਾਰਮੂਲਾ ਨੁਸਖਾ ਕਿਹੜਾ ਹੈ ਤੁਹਾਡੇ ਕੋਲ, ਤੁਸੀਂ ਦੱਸ ਰਹੇ ਸੀ? ਉਹਦੇ ਲਈ ਦੇਖੋ ਮੈਂ ਤਾਂ ਕਹਿੰਦਾ ਜਿਸ ਪਿਛਲੀ ਵਾਰ ਤਾਂ ਤੁਸੀਂ ਜਿਹੜੇ ਨਿੰਬੂ ਦੇ ਕੱਪੜੇ ਉਤਾਰਤੇ ਸੀ, ਨਿੰਬੂ ਤਾਂ ਪੀਂਦੇ ਰਹੋ, ਉਸ ਤੋਂ ਇਲਾਵਾ ਦੇਖੋ ਆਹ ਇਹਨੂੰ ਕਹਿੰਦੇ ਜਾਮਣ ਦੀ ਗਟਕ, ਠੀਕ ਹੈ ਨਾ, ਇਹਦਾ ਬਹੁਤ ਹੀ ਜ਼ਿਆਦਾ ਯੂਰਿਨ ਦੀ ਪ੍ਰੋਬਲਮ ਦੇ ਵਿੱਚ, ਈਵਨ ਸ਼ੂਗਰ 'ਚ ਤਾਂ ਇਹ ਕੰਮ ਕਰਦੀ ਹੈਗੀ ਹੈ। ਦੇਖੋ ਕੁਛ ਪ੍ਰੋਬਲਮ ਜਿਹੜੀਆਂ ਹੈਗੀਆਂ ਸਾਨੂੰ ਡਿਊ ਟੂ ਸ਼ੂਗਰ ਦੇ ਕਰਕੇ ਹੁੰਦੀਆਂ, UTI ਦੀਆਂ ਪ੍ਰੋਬਲਮ, ਇਹਦੀ ਕਿ ਗਟਕ ਨੂੰ ਤੁਸੀਂ ਬਰੀਕ ਪੀਸ ਲੈਣਾ ਹੈਗਾ। ਪਰ ਅਸੀਂ ਤਾਂ ਜੀ ਜਾਮਣ ਖਾਧੀ, ਹੁਣ ਗਰਮੀਆਂ ਦਾ ਮੌਸਮ ਸ਼ੁਰੂ ਹੋਣ ਵਾਲਾ, ਜਾਮਣਾਂ ਨੇ ਆਉਣਾ, ਬੜੀਆਂ ਖੱਟੀਆਂ ਮਿੱਠੀਆਂ ਜਾਮਣਾਂ ਆਉਂਦੀਆਂ ਨੇ, ਅਸੀਂ ਤਾਂ ਜਾਮਣ ਖਾਣੇ ਆ, ਗਟਕ ਸੱਟ ਦਿੰਦੇ ਹਾਂ ਜੀ। ਜਾਮਣ ਤੁਹਾਨੂੰ 70-80 ਰੁਪਏ ਕਿਲੋ ਮਿਲੂਗੀ, ਜਾਮਣ ਦੀ ਗਟਕ 400 ਰੁਪਏ ਕਿਲੋ ਹੈਗੀ ਹੈ, ਤੁਸੀਂ ਦੇਖੋ ਵੀ ਇਹਦੀ ਮੈਡੀਸਨਲ ਵੈਲਿਊ ਕਿੰਨੀ ਹੋਏਗੀ, ਠੀਕ ਹੈ ਨਾ। ਇਹਨੂੰ ਪਾਊਡਰ ਫਾਰਮ ਦੇ ਵਿੱਚ ਵੀ ਮਿਲਦੀ ਹੈਗੀ ਆ, ਦੇਖੋ ਇਹਦੀ ਪਾਊਡਰ ਫਾਰਮ ਹੈਗੀ ਆ, ਬਟ ਮੈਂ ਤਾਂ ਕਹਿੰਦਾ ਵੀ ਪੇਸ਼ੈਂਟ ਆਪ ਹੀ ਘਰੇ ਇਹਨੂੰ ਕੁੱਟ ਕੇ, ਇਹਦਾ ਅੱਧਾ ਚਮਚ ਸਵੇਰੇ ਲੈਣਾ, ਅੱਧਾ ਸ਼ਾਮੀ,
ਇਹ ਪ੍ਰੋਸਟੇਟ ਤੋਂ ਲੈ ਕੇ ਪ੍ਰੋਸਟੇਟਿਕ ਕੈਂਸਰ ਤੱਕ ਇਫੈਕਟ ਕਰਦੀ ਹੈਗੀ ਹੈ। ਉਹਦੇ ਵਿੱਚ ਇਨ ਬਿਟਵੀਨ ਤੁਹਾਡੇ ਯੂਰਿਨ ਇਨਕੋਂਟੀਨੈਂਸ ਹੈ, ਯੂਰਿਨ ਰਿਟੈਂਸ਼ਨ ਹੈਗੀ ਹੈ, ਤੁਹਾਡੇ ਯੂਰੀਥਰਲ ਸਟ੍ਰਕਚਰ ਹੈਗਾ, ਉਹ ਸਾਰੀਆਂ ਸਮੱਸਿਆ ਦੇ ਵਿੱਚ ਜੋ ਵੀ ਤੁਸੀਂ ਦਵਾਈ ਖਾਂਦੇ ਹੋ ਨਾਲ ਇਹਨੂੰ ਐਡ ਔਨ ਕਰੋ, 15 ਦਿਨਾਂ ਦੇ ਵਿੱਚ ਤੁਹਾਡਾ ਬਹੁਤ ਵਧੀਆ ਰਿਜ਼ਲਟ ਆਏਗਾ। ਈਵਨ ਯੂਰਿਨ 'ਤੇ ਕੰਟਰੋਲ ਨਹੀਂ ਹੈ, ਬੱਚੇ ਬੈੱਡ ਵੈਟਿੰਗ ਕਰਦੇ ਹੈਗਾ, ਅੱਧਾ ਅੱਧਾ ਚਮਚਾ, ਅੱਧਾ 1/4 ਚਮਚਾ ਬੱਚਿਆਂ ਨੂੰ ਦਿਓ, ਬੱਚਿਆਂ ਦੀ ਬੈੱਡ ਵੈਟਿੰਗ ਠੀਕ ਹੋ ਜਾਏਗੀ ਜੀ। ਅਤੇ ਇਹਨੂੰ ਦਰੜਨਾ ਜੀ ਕਿਵੇਂ ਦਰ? ਆਹ ਦੇਖੋ, ਇਹਨੂੰ ਨਾ ਇੱਕ ਟਾਈਮ ਦੀ ਕਿੰਨੀ ਡੋਜ਼ ਲਈ ਹੈ ਗਿਟਕਾਂ ਦੀ? ਗਿਟਕ ਮੈਂ ਤਾਂ ਕਹਿੰਦਾ 100 ਗ੍ਰਾਮ ਲਿਆ ਕੇ ਇਕੱਠੀਆਂ ਪੀਸ ਲਓ। ਹਾਂਜੀ, ਇਹਨੂੰ ਹਮਾਮ ਦਸਤੇ 'ਚ ਪਾ ਕੇ ਦੇਖੋ, ਉਹ 'ਚ ਨਹੀਂ, ਮਿਕਸੀ 'ਚ ਨਹੀਂ ਕਰਨਾ ਹੈਗਾ, ਕਿਉਂਕਿ ਜਦੋਂ ਇਹਨੇ ਹੀਟਿੰਗ ਪ੍ਰੋਸੈਸ 'ਚ ਇਹਨਾਂ ਦੀ ਮੈਡੀਸਨ ਵੈਲਿਊ ਘੱਟਦੀ ਹੈਗੀ ਹੈ। ਤੁਸੀਂ ਇਹਨੂੰ ਕੂੰਡੇ ਉਹਦੇ ਵਿੱਚ ਥੋੜ੍ਹੀ ਦਰਦਰੀ ਰੱਖ ਲਓ ਚਾਹੇ, ਠੀਕ ਹੈ ਨਾ। ਆਹ ਦੇਖੋ, ਅਸੀਂ ਕਰਕੇ ਦਿਖਾਉਂਦੇ ਮੈਂ ਤੁਹਾਨੂੰ, ਇਹ ਥੋੜ੍ਹਾ ਅਸੀਂ ਕੀਤਾ ਵੀ ਹੋਇਆ। ਆਹ ਦੇਖੋ, ਇਸ ਤਰ੍ਹਾਂ ਦੀ ਦਰਦਰੀ ਹੋ ਗਈ। ਇਹ ਫਿਰ ਇਹਦੇ ਉੱਤੇ ਬਾਜ਼ਾਰੀ ਅਤੇ ਤੁਹਾਡੇ ਵਾਲੇ ਫਾਰਮੂਲੇ 'ਚ ਤਾਂ ਬੜਾ ਜ਼ਮੀਨ ਅਸਮਾਨ ਦਾ ਫਰਕ ਆ ਗਿਆ ਜੀ। ਦੇਖੋ, ਇਹ ਕੀਤੀ ਤਾਂ ਹੋਈ ਹੈ, ਪਰ ਇਹਦੀ ਸਾਨੂੰ ਅਥੈਂਟੀਸਿਟੀ ਪਤਾ ਨਹੀਂ ਵੀ ਕਿੰਨੇ ਪਰਸੈਂਟ ਪਿਓਰ ਹੈਗਾ ਨਹੀਂ ਹੈਗਾ, ਜਾਮਣ ਦੀ ਗਿਟਕ ਹੀ ਹੈ ਜਾਂ ਕਿਸ ਚੀਜ਼ ਦੀ ਹੈ, ਪਰ ਇਹ ਤਾਂ ਸਾਨੂੰ ਆਪ ਪਤਾ ਹੈਗਾ ਨਾ। ਇਹਨੂੰ ਤੁਸੀਂ ਕਰਕੇ ਥੋੜ੍ਹੀ ਦੇਰ ਇਹਨੂੰ ਪਾਣੀ 'ਚ ਭਿਓ ਦਿਓ, ਹੋਰ ਸੋਫਟ ਹੋ ਜਾਂਦੀ ਹੈਗੀ ਹੈ। ਕਿਵੇਂ ਜੀ? ਇੱਕ ਚਮਚ ਲੈ ਕੇ ਇਹਨੂੰ ਪਾਣੀ ਦੇ ਗਲਾਸ ਦੇ ਵਿੱਚ, ਆ ਦੇਖੋ, ਇਹ ਜਾਮਣ ਦੀ ਗਿਟਕ ਹੈ ਜੀ। ਹਾਂਜੀ ਹਾਂਜੀ, ਆ ਲਓ ਇੱਕ ਚਮਚ ਇਹਨੂੰ ਪਾਣੀ ਦੇ ਗਲਾਸ 'ਚ ਭਿਓ ਦੇਣਾ ਹੈਗਾ। ਇਹਨੂੰ ਥੋੜ੍ਹੀ ਦੇਰ ਇਹਨੂੰ ਅਬਜ਼ੋਰਬ ਹੋਣ ਦਿਓ, ਠੀਕ ਹੈ ਨਾ। ਜਦੋਂ ਇਹਨੂੰ ਅੱਛੀ ਤਰ੍ਹਾਂ ਅਬਜ਼ੋਰਬ ਹੋ ਜਾਣਾ, ਇਹਨੇ ਸੋਫਟ ਹੋ ਜਾਣਾ। ਇਹਨੂੰ 2 ਟਾਈਮ, ਇੱਕ ਵਾਰੀ ਸਵੇਰੇ ਔਰ ਇੱਕ ਵਾਰੀ ਸ਼ਾਮ ਨੂੰ ਪੀਣਾ ਸ਼ੁਰੂ ਕਰੋ। UTI ਦੇ ਨਾਲ, ਯੂਰਨੀ ਟ੍ਰੈਕਟ ਇਨਫੈਕਸ਼ਨ ਦੀਆਂ ਕੋਈ ਵੀ ਬਿਮਾਰੀਆਂ ਹੈਗੀਆਂ ਉਹ 'ਤੇ ਕੰਮ ਕਰਦੀ ਹੈ। ਤੁਸੀਂ ਜੋ ਵੀ ਦਵਾਈ ਖਾਂਦੇ ਹੋ, ਖਾਂਦੇ ਰਹੋ, ਠੀਕ ਹੈ ਨਾ। ਬਟ ਇਹ ਤੁਹਾਨੂੰ ਕਦੇ ਵੀ ਕੋਈ ਵੱਡੀ ਬਿਮਾਰੀ ਵੱਲ ਨਹੀਂ ਜਾਣ ਦੇਗੀ ਜਾਮਣ ਦੀ ਗਿਟਕ। ਤੁਹਾਡੇ ਸ਼ੂਗਰ ਲੈਵਲ ਕੰਟਰੋਲ ਰੱਖੇਗੀ, ਐਜ਼ ਵੈਲ ਐਜ਼ ਪੇਸ਼ੈਂਟ ਅਗਰ ਕੁਛ ਵੀ ਨਹੀਂ ਕਰ ਸਕਦਾ ਨਾ, ਬਸ ਉਹਨੂੰ ਕਹੋ ਤੂੰ ਜਾਮਣ ਦੀਆਂ ਗਿਟਕਾਂ ਖਾਈ ਜਾ ਬਸ, ਠੀਕ ਹੈ ਨਾ। ਇਹ ਬਹੁਤ ਹੀ, ਜਾਮਣ ਵੀ ਖਾ ਲਵੇ, ਗਿਟਕ ਵੀ ਨਾਲ ਖਾ ਲਵੇ ਜੀ, ਬਾਅਦ 'ਚ ਵੀ ਚੱਬ ਕੇ ਖਾ ਲਵੇ, ਮੈਂ ਕਹਿੰਦਾ ਉਹਨੂੰ ਜ਼ਿੰਦਗੀ ਦੇ ਵਿੱਚ ਕਦੇ ਯੂਰਿਨ ਦੀ ਪ੍ਰੋਬਲਮ ਨਹੀਂ ਹੋਏਗੀ, ਠੀਕ। ਪਰ ਡਾਕਟਰ ਸਾਹਿਬ, ਬਹੁਤ ਵਾਰ ਹੁੰਦਾ ਜੀ ਕਈਆਂ ਨੂੰ, ਸਾਡੀਆਂ ਮਾਤਾਵਾਂ ਨੂੰ, ਸਾਡੇ ਬਜ਼ੁਰਗਾਂ ਨੂੰ ਹੁੰਦਾ, ਉਹ ਕਹਿੰਦੇ ਜੀ ਅਸੀਂ ਉੱਚਾ ਹੱਸ ਲਈਏ, ਜਾਂ ਅਸੀਂ ਸਾਨੂੰ ਖਾਂਸੀ ਆ ਜੇ, ਜਾਂ ਫਿਰ ਅਸੀਂ ਕਈ ਵਾਰ ਡਰ ਕੇ ਹੁੰਦਾ, ਜਾਂ ਕਈ ਵਾਰ ਹੁੰਦਾ ਕਿ ਸੁਪਨਾ ਇੱਦਾਂ ਦਾ ਆ ਗਿਆ, ਪਿਸ਼ਾਬ ਨਿਕਲ ਜਾਂਦਾ ਜੀ, ਉਹਦੇ 'ਤੇ ਵੀ ਅਸਰ ਕਰੇਗੀ ਜੀ? ਬਿਲਕੁਲ ਕਰੇਗੀ ਜੀ। ਇਹਨੂੰ ਇਸ ਪ੍ਰੋਬਲਮ ਕਹਿੰਦੇ ਯੂਰਿਨ ਇਨਕੋਂਟੀਨੈਂਸ, ਤੁਹਾਡਾ ਯੂਰਿਨ 'ਤੇ ਕੰਟਰੋਲ ਨਹੀਂ ਰਹਿੰਦਾ। ਬਲੈਡਰ ਦੇ ਹੈਗੇ, ਬਲੈਡਰ ਦੇ ਜਿਹੜੇ ਵਾਲਸ ਵੀਕ ਹੋ ਜਾਂਦੀਆਂ, ਜਿਹੜੀਆਂ ਉਹ ਯੂਰਿਨ ਨੂੰ ਹੋਲਡ ਨਹੀਂ ਕਰ ਪਾਉਂਦੀਆਂ ਹੈਗੀਆਂ। ਨਹੀਂ ਤਾਂ ਆਮ ਤੌਰ 'ਤੇ ਜਦੋਂ ਆਪਾਂ ਛੋਟੀ ਏਜ 'ਚ ਜਾਂ ਜਵਾਨੀ 'ਚ ਹੁੰਦੇ ਹਾਂ, ਅਸੀਂ ਯੂਰਿਨ 2 ਘੰਟੇ 3 ਘੰਟੇ ਵੀ ਹੋਲਡ ਕਰ ਲੈਂਦੇ ਹੋ, ਪਰ ਇੱਥੇ ਤਾਂ ਹੈਗਾ ਵੀ ਬਾਥਰੂਮ ਤੱਕ ਨਹੀਂ ਪਹੁੰਚਿਆ ਜਾਂਦਾ ਡਿਊਰਿੰਗ। ਫੀਮੇਲ ਦੇ ਵਿੱਚ ਜ਼ਿਆਦਾ ਸਮੱਸਿਆ ਹੁੰਦੀ, ਹਾਲਾਂਕਿ ਫੀਮੇਲ 'ਚ ਪ੍ਰੋਸਟੇਟ ਨਹੀਂ ਹੁੰਦੀਆਂ, ਪਰ ਉਹਨਾਂ ਨੂੰ ਯੂਰਿਨ ਇਨਕੋਂਟੀਨੈਂਸ ਬਹੁਤ ਸਮੱਸਿਆ ਹੁੰਦੀ ਹੈਗੀ ਹੈ। ਇਹਦੇ ਨਾਲ ਆਰਾਮ ਮਿਲਦਾ ਹੈਗਾ, ਈਵਨ ਜਿਨ੍ਹਾਂ ਦੇ ਕੈਥੇਟਰ ਲੱਗਿਆ ਹੈਗਾ, ਕੈਥੇਟਰ ਵੀ ਰਿਮੂਵ ਹੋ ਜਾਏਗਾ। ਨਾਲ ਅਸੀਂ ਕੁਛ ਦਵਾਈਆਂ ਦਿੰਦੇ ਹਾਂ, ਸਪੈਜਰਿਕ ਮੈਡੀਸਨ ਜਿਹੜੀਆਂ ਤੁਹਾਨੂੰ ਦੱਸਿਆ ਵੀ ਜਰਮਨੀ ਦੀਆਂ, ਉਹਨਾਂ ਦੇ ਮਾਰਵਲਸ ਰਿਜ਼ਲਟ ਹੈ। ਸਾਡੇ ਕੋਲ ਤਾਂ ਪੇਸ਼ੈਂਟ ਉਹ ਆਉਂਦੇ ਹੈ ਜਿਹੜੇ ਕਿ ਇੱਕ ਯੂਰੋਲੋਜਿਸਟ ਨੇ ਉਹਨਾਂ ਤੋਂ ਥੱਕ ਹਾਰ ਕੇ ਆ ਗਏ, ਸਾਰੇ ਪਾਸੇ ਜਦੋਂ ਧੱਕੇ ਖਾ ਲਏ ਅਸੀਂ, ਇਹ ਕਹਿ ਲਈ ਵੀ ਫਿਰ ਕਹਿੰਦੇ ਵੀ ਚਲੋ ਠਾਕੁਰ ਸਾਹਿਬ ਕੋਲ ਵੀ ਚੱਲਦੇ ਹਾਂ। ਹਾਂਜੀ ਹਾਂਜੀ, ਈਵਨ ਮੈਂ ਤਾਂ ਦੇਖੋ ਤੁਹਾਡੇ ਵਜ੍ਹਾ ਦੇ ਨਾਲ, ਨਹੀਂ ਤਾਂ ਆਪਾਂ ਸੋਚਦੇ ਨਾ ਇੰਡੀਆ 'ਚ ਇਲਾਜ ਨਹੀਂ ਹੈ, USA, UK, ਆਪਣਾ ਆਸਟ੍ਰੇਲੀਆ, ਕੈਨੇਡਾ, ਉੱਥੇ ਦੇ ਪੇਸ਼ੈਂਟ ਸਾਡੇ ਅਪਰੋਚ ਕਰਦੇ ਆ, ਦਵਾਈ ਮੰਗਾਉਂਦੇ ਹੈਗੇ ਆ, ਉੱਧਰ ਵੀ ਇਹਨਾਂ ਚੀਜ਼ਾਂ ਦਾ ਇਲਾਜ ਨਹੀਂ, ਅਗਰ ਹੈਗਾ ਵੀ ਹੈ। ਪ੍ਰੋਸਟੇਟ ਦਾ ਓਪਰੇਸ਼ਨ ਉੱਥੇ ਬਹੁਤ ਜ਼ਿਆਦਾ ਕੋਸਟਲੀ ਹੈਗਾ, ਬਟ ਉਹਦੇ ਬਾਵਜੂਦ ਵੀ ਪੇਸ਼ੈਂਟ ਕਹਿੰਦਾ ਜੀ ਹੁਣ ਤਾਂ ਜਦੋਂ ਪ੍ਰੋਸਟੇਟ ਤਾਂ ਰਿਮੂਵ ਕਰਤੀ, ਹੁਣ ਸਾਡੀ ਕੰਟਰੋਲਿੰਗ ਖਤਮ ਹੋ ਗਈ, ਹੁਣ ਪੈਂਟ ਖਰਾਬ ਹੋ ਰਹੀ ਹੈ, ਡਾਈਪਰ ਪਾ ਕੇ ਪੇਸ਼ੈਂਟ ਆ ਰਹੇ। ਦੇਖੋ, ਮੈਨੂੰ ਦੱਸ ਰਹੇ ਸੀ ਇੱਕ ਬੰਦਾ, ਕਹਿੰਦਾ ਜੀ ਮੇਰੇ 10 ਜਿਹੜੀਆਂ ਪੈਂਟਾਂ ਹੈਗੀਆਂ ਨੇ
ਖਰਾਬ ਹੋ ਜਾਂਦੇ ਤਾਰਾਂ ਤੇ ਲਮਕਦੀ ਰਹਿੰਦਾ ਜੀ ਜਿਹੜੀਆਂ ਪੈਂਟਾਂ ਨੇ। ਬਿਲਕੁਲ ਇਸ ਤਰ੍ਹਾਂ ਹੀ ਹੁੰਦਾ ਜੀ। ਦੇਖੋ ਪੇਸ਼ੈਂਟ ਦੇ ਕੋਈ ਬਿਮਾਰੀ, ਉਹਦੇ ਵਿਚਾਰੇ ਦੀ ਕਸੂਰ ਹੀ ਕੋਈ ਨਹੀਂ, ਯੂਰਿਨ ਬਣ ਰਿਹਾ ਹੈਗਾ ਅੰਦਰ। ਸਟਾਰਟ ਕਿੱਥੋਂ ਹੁੰਦੀ ਹੈ ਜੀ ਪ੍ਰੋਬਲਮ ਇਹ? ਸਟਾਰਟ ਦੇਖੋ ਸਭ ਤੋਂ 50 ਤੋਂ ਬਾਅਦ ਸਭ ਤੋਂ ਪਹਿਲੀ ਇਹਦੀ ਹੁੰਦੀ ਹੈ ਪ੍ਰੋਸਟੇਟ ਦੀ, ਠੀਕ ਹੈ ਨਾ। ਫਿਰ ਇੱਕ ਆਪਣਾ ਲੈਕ ਆਫ ਐਕਸਰਸਾਈਜ਼, ਕੁਛ ਮੈਂ ਐਕਸਰਸਾਈਜ਼ ਦੱਸਦਾ ਹੈਗਾ, ਜਿੱਦਾਂ ਕਿ ਜਿੱਦਾਂ ਕਪਾਲ ਭਾਤੀ ਕਰੋ, ਉਹਦੇ ਨਾਲ ਤੁਹਾਡਾ ਪ੍ਰੋਸਟੇਟ ਬਹੁਤ ਵਧੀਆ ਰਹੇਗਾ। ਨੰਬਰ 2 'ਤੇ ਇੱਕ ਹੁੰਦਾ ਕੀਗਲ ਐਕਸਰਸਾਈਜ਼, ਉਹ ਕਰਨੀ ਹੈਗੀ ਹੈ। ਫਿਰ ਇੱਕ ਹੁੰਦਾ ਬਟਰਫਲਾਈ ਆਸਣ, ਉਹ ਕਰਨਾ ਹੁੰਦਾ ਹੈਗਾ, ਜਿਹਦੇ ਨਾਲ ਤੁਹਾਡਾ ਪ੍ਰੋਸਟੈਟਿਕ ਫਲੋਰ ਜਿਹੜਾ ਆਪਣਾ, ਜਿਹੜਾ ਇਹਨੂੰ ਕਹੋ ਵੀ ਆ ਜਿਹੜਾ ਫਲੋਰ ਤੁਹਾਡਾ ਨਾ ਪੈਲਵਿਕ ਫਲੋਰ, ਇਹ ਤੁਹਾਡਾ ਜਦੋਂ ਤਾਕਤਵਰ ਹੈਗਾ ਤਾਂ ਤੁਹਾਡੀ ਹੋਲਡਿੰਗ ਕਪੈਸਿਟੀ ਪੂਰੀ ਹੈਗੀ ਹੈ। ਤੁਸੀਂ ਯੂਰਿਨ 'ਤੇ ਵੀ, ਸਟੂਲ 'ਤੇ ਵੀ, ਹੁਣ ਕਈ ਪੇਸ਼ੈਂਟ ਆਉਂਦੇ ਕਹਿੰਦੇ ਜੀ ਕਰਨ ਤਾਂ ਮੈਂ ਸੁੱਸੂ ਜਾਂਦਾ, ਥੋੜ੍ਹੀ ਪੋਟੀ ਵੀ ਨਿਕਲ ਜਾਂਦੀ ਹੈਗੀ। ਕਿਉਂ? ਕਿਉਂਕਿ ਉਹਦਾ ਜਿਹੜਾ ਐਨਲ ਫਲੋਰ ਆ ਉਹ ਵੀ ਵੀਕ ਹੋ ਚੁੱਕਿਆ ਹੈਗਾ, ਠੀਕ ਹੈ ਨਾ। ਇਸ ਕਰਕੇ ਇਹ ਐਕਸਰਸਾਈਜ਼ਾਂ ਕੁਛ ਦੱਸਦੇ ਹਾਂ, ਕੁਛ ਦਵਾਈਆਂ ਦਿੰਦੇ ਨਾਲ ਜਾਮਣ ਖਾਓ, ਆਪਣੇ ਆਪ ਹੀ ਵਧੀਆ। ਦੇਖੋ ਹਰੇਕ ਚੀਜ਼ ਦਾ ਹੱਲ ਸਰਜਰੀ ਦੇ ਵਿੱਚ ਨਹੀਂ ਹੈਗਾ। ਅਸੀਂ ਸਰਜਰੀ ਕਰਵਾਉਣ ਤੋਂ ਬਾਅਦ ਪੇਸ਼ੈਂਟ ਹੋਰ ਜ਼ਿਆਦਾ ਕ੍ਰਿਟੀਕਲ ਕੰਡੀਸ਼ਨ 'ਚ ਪਹੁੰਚ ਜਾਂਦਾ। ਸਾਡੇ ਕੋਲ ਆਉਂਦੇ ਹੀ ਹੋਈ ਆ ਵੀ ਜਿਹਨਾਂ ਦਾ ਸਭ ਕੁਛ ਹੀ ਹੋ ਗਿਆ, ਬੈਗ ਲੱਗੇ ਹੋਏ ਨੇ, 8-8 ਸਾਲ, 7-7 ਸਾਲ ਹੋ ਗਏ ਬੈਗ ਲੱਗਿਆਂ ਨੂੰ, ਜਦਕਿ ਫਿਜ਼ੀਕਲੀ ਉਹ ਪੂਰੇ ਹੈਲਦੀ ਲੱਗ ਰਹੇ ਨੇ। ਪਰ ਬੈਗ, ਤੁਸੀਂ ਤਾਂ ਹਰੇਕ ਨੂੰ ਜਿਹੜਾ ਵੀ ਤੁਹਾਡੇ ਕੋਲ ਆਉਂਦਾ ਜੀ ਇੱਥੇ ਪਿਸ਼ਾਬ ਨਾਲ ਸੰਬੰਧਿਤ ਰੋਗ, ਤੁਸੀਂ ਤੁਹਾਨੂੰ ਕਹਿ ਰਹੇ ਬੈਠ ਕੇ ਪਿਸ਼ਾਬ ਕਰੋ? ਹਾਂਜੀ ਹਾਂਜੀ। ਉਹਦੇ ਨਾਲ ਕੀ ਹੋਊ? ਦੇਖੋ ਬੈਠ ਕੇ ਜਦੋਂ ਆਪਾਂ ਪਿਸ਼ਾਬ ਕਰਦੇ ਹੈਗੇ ਨਾ, ਸਹੀ ਮਹੀਨੇ ਦੇ ਵਿੱਚ ਬੈਠ ਦੇ ਅੱਡੀਆਂ ਪੰਜਿਆਂ ਦੇ ਭਾਰ ਬੈਠ ਕੇ ਇੱਦਾਂ ਪਿਸ਼ਾਬ ਕਰਨਾ ਚਾਹੀਦਾ, ਜਿਹਦੇ ਨਾਲ ਕਿ ਸਾਡੇ ਕਿਵੇਂ ਜੀ, ਹਾਂ ਦੇਖੋ ਤੁਸੀਂ ਡਾਕਟਰ ਸਾਹਿਬ ਨੇ ਅੱਜ ਤੁਹਾਨੂੰ ਨਾ, ਇਹਨਾਂ ਨੇ ਕਹਿਣਾ ਹੈ ਕਿ ਇਹਨਾਂ ਦਾ ਕਹਿਣਾ ਹੈ ਕਿ ਪੰਜਿਆਂ ਦੇ ਭਾਰ ਬੈਠ ਕੇ ਜਿਹੜਾ ਪਿਸ਼ਾਬ ਹੈ ਉਹ ਕਰਨਾ ਚਾਹੀਦਾ, ਮਤਲਬ ਤੁਸੀਂ ਫੇਲ ਕਰਤੇ ਜਿਹੜੀਆਂ ਵੈਸਟਰਨ ਸਾਡੀਆਂ ਸ਼ੀਟਸ ਹੈਗੀਆਂ ਨੇ। ਦੇਖੋ ਪਹਿਲੇ ਟਾਈਮਾਂ 'ਚ ਜਦੋਂ ਆਪਣਾ ਟੋਇਲਟ ਦੂਸਰੀ ਸੀਟਸ ਹੁੰਦੀਆਂ ਸੀ ਨਾ, ਉਦੋਂ ਇਹ ਪ੍ਰੋਸਟੇਟ ਦੀਆਂ ਦੂਜੀਆਂ ਸਮੱਸਿਆ ਹੁੰਦੀਆਂ ਨੇ ਸੀਗੀਆਂ, ਕਿਸੇ ਨੂੰ ਯੂਰਿਨ ਦੀ ਸਮੱਸਿਆ ਨਹੀਂ ਸੀ ਹੁੰਦੀ। ਹੁਣ ਅੱਜ ਕੱਲ੍ਹ ਦੂਸਰੀ ਇੰਗਲਿਸ਼ ਸੀਟ ਆ ਗਈਆਂ, ਉੱਤੇ ਬੈਠਦੇ ਹਾਂ, ਸਾਡਾ ਪ੍ਰੈਸ਼ਰ ਹੀ ਨਹੀਂ ਬਣ ਪਾਉਂਦਾ। ਪਿਛਲੀ ਵਾਰ ਤਾਂ ਤੁਸੀਂ ਅੱਡੀਆਂ ਵਾਲਾ ਨੁਸਖਾ ਦੱਸਿਆ ਸੀ। ਅੱਡੀਆਂ ਦੇ ਨਾਲ ਹੈ ਵੀ ਜਦੋਂ ਬਲੈਡ ਅੱਡੀਆਂ ਵਾਲਾ ਕੀ ਸੀ, ਇੱਕ ਵਾਰ ਉਹ ਵੀ ਰਿਪੀਟ ਕਰਦੇ ਜਿਹੜੇ ਹੁਣੇ ਅੱਡੀਆਂ। ਮੰਨ ਲਓ ਜਦੋਂ ਅਸੀਂ ਯੂਰਿਨ ਕਰਦੇ ਹੈਗੇ ਨਾ, ਯੂਰਿਨ ਕਰਨ ਤੋਂ ਬਾਅਦ ਸਾਨੂੰ ਬਾਅਦ 'ਚੋਂ ਵੀ ਕਿ ਲੱਗਦਾ ਹੈਗਾ ਵੀ ਸਾਡਾ ਯੂਰਿਨ ਹਰੇ ਹੋਇਆ ਨਹੀਂ ਹੈ, ਯੂਰਿਨ ਕੰਪਲੀਟ ਕਰਨ ਤੋਂ ਬਾਅਦ ਤੁਸੀਂ ਇੱਦਾਂ ਕਰਨਾ, ਪੰਜਿਆਂ 'ਤੇ ਆ ਕੇ 3-4 ਝਟਕੇ ਦੇਣੇ, ਇੱਦਾਂ ਲਾਈਕ 1, 2, 3, 4 3-4 ਵਾਰੀ ਦੇਣੇ, ਜਿਹਦੇ ਨਾਲ ਕੀ ਹੈ ਥੋੜ੍ਹੇ ਤੁਸੀਂ ਨੋਟ ਕਰਿਓ, ਤੁਹਾਨੂੰ 10 ਤੋਂ 15 ml ਯੂਰਿਨ ਫਿਰ ਆਏਗਾ ਖੜ੍ਹੇ ਖੜ੍ਹੇ ਹੀ, ਕਿਉਂਕਿ ਜਿਹੜਾ ਬਲੈਡਰ ਦੇ ਵਿੱਚ ਉਹ ਇੰਸਟੈਂਟ ਹੀ ਖਾਲੀ ਹੋ ਜਾਂਦਾ ਹੈਗਾ। ਅਤੇ ਜੇ ਬੈਠ ਕੇ ਯੂਰਿਨ ਕਰਨ ਦੀ ਦੇਖੋ ਸਹੀ ਪੋਜੀਸ਼ਨ ਆ ਹੈਗੀ ਹੈ, ਇਸ ਤਰ੍ਹਾਂ ਬੈਠਣਾ ਹੈਗਾ, ਇੱਦਾਂ ਕਰਕੇ ਇੱਕ ਲੱਤ ਇੱਦਾਂ ਰੱਖ ਕੇ ਇੱਦਾਂ ਯੂਰਿਨ ਪਾਸ ਕਰਨਾ ਹੈਗਾ। ਇਹਦੇ ਨਾਲ ਦੇਖੋ ਫਾਇਦਾ ਕੀ ਹੋਊਗਾ ਜੀ, ਇਹਦੇ ਨਾਲ ਜਿਹੜਾ ਇਸ ਤਰ੍ਹਾਂ ਬੈਠ ਕੇ ਯੂਰਿਨ ਪਾਸ ਕਰੇਗਾ, ਪਿਸ਼ਾਬ ਕਰੇਗਾ ਬੰਦਾ, ਉਹਦਾ ਫਾਇਦਾ ਇਹ ਹੋਏਗਾ, ਦੇਖੋ ਸਾਡੇ ਉੱਪਰਲੇ ਜਿਹੜੇ ਵੀ ਔਰਗਨ ਹੈਗੇ ਆ, ਪੇਟ ਦਾ ਸਾਰਾ ਦਬਾਅ ਬਲੈਡਰ 'ਤੇ ਪੈ ਰਿਹਾ ਹੈਗਾ, ਬਲੈਡਰ ਪੂਰੀ ਤਰ੍ਹਾਂ ਖਾਲੀ ਹੁੰਦਾ ਹੈਗਾ। ਤਾਂ ਹੀ ਕਹਿੰਦੇ ਨਾ ਯੂਰਿਨ ਰਿਟੈਂਸ਼ਨ ਉਹੀ ਹੈ ਸਾਡੇ, ਆਪਣਾ ਯੂਰਿਨ ਕਰਨ ਤੋਂ ਬਾਅਦ ਵੀ 100-200 ml ਯੂਰਿਨ ਬਲੈਡਰ ਦੇ ਵਿੱਚ ਹੀ ਪਿਆ, ਜਿਹੜਾ ਕਿ ਬਿਮਾਰੀਆਂ ਕਾਰਨ ਹੈ। ਜੀ ਪਿਸ਼ਾਬ ਬਲੈਡਰ 'ਚ ਬਲੈਡਰ ਦੇ ਵਿੱਚ ਪਿਆ ਰਿਹਾ ਜੀ, ਉਹ ਬਿਮਾਰੀਆਂ ਬਣਦਾ ਜੀ? ਬਿਲਕੁਲ ਜੀ। ਉਹ ਕਿਵੇਂ ਜੀ? ਉਹ ਤਾਂ ਸਾਰੇ ਟੌਕਸ ਪਿਸ਼ਾਬ ਨਾਲ ਕੀ ਹੋਊਗਾ ਜੀ? ਨਾ ਉਹਦੇ ਵਿੱਚ ਸਾਰਾ ਕੁਛ ਹੈ, ਯੂਰੀਆ ਉਹ 'ਚ ਹੈ, ਕ੍ਰੇਟਿਨਿਨ ਉਹ 'ਚ ਹੈ, ਇਲੈਕਟ੍ਰੋਲਾਈਟ ਟੌਕਸਿਨ ਹੈਗੇ ਉਹਦੇ ਵਿੱਚ, ਜਦੋਂ ਵੀ ਅਸੀਂ ਪਿਸ਼ਾਬ ਦੇ ਵਿੱਚ ਜ਼ਹਿਰ ਹੈਗੇ ਹੈ ਉਹ ਸਾਡੇ ਅੰਦਰ ਪਏ ਹੋਏ ਨੇ, ਉਹਨਾਂ ਨੇ ਅੰਦਰ ਤੋਂ ਅੰਦਰ ਇਨਫੈਕਸ਼ਨ, ਤਾਂ ਹੀ ਤਾਂ ਸਾਡੇ ਪਸ ਸੈੱਲ ਵੱਧਦੇ ਆ, ਕਿਸੇ ਦੇ RBC ਵੱਧ ਜਾਂਦੇ, ਪਸ ਸੈੱਲ ਵੱਧਦੇ, ਐਪੀਥੇਲੀਅਲ ਸੈੱਲ ਵੱਧ ਜਾਂਦੇ ਆ, ਜਿਹੜੇ ਕਿ ਅੰਦਰ ਬਿਮਾਰੀਆਂ ਪ੍ਰੋਡਿਊਸ ਕਰਦੇ ਆ। ਤੁਸੀਂ ਨੋਟ ਕਰਿਓ, ਜਦੋਂ ਇੱਦਾਂ ਕਰਕੇ ਤੁਸੀਂ 15 ਕੁ ਦਿਨ ਪਿਸ਼ਾਬ ਕਰਨਾ ਸ਼ੁਰੂ ਕਰ ਦੇਣਾ, ਤੁਸੀਂ ਨੋਟ ਕਰਨਾ ਬੜੀ ਤਸੱਲੀ ਨਾਲ ਮੈਂ ਆਪਣਾ ਯੂਰਿਨ ਪਾਸ ਕੀਤਾ, ਨਾਲੇ ਵਾਰ ਵਾਰ ਫਿਰ ਤੁਹਾਡਾ ਕਦੇ ਲੀਕੇਜ ਨਹੀਂ ਹੋਏਗੀ। ਨਹੀਂ, ਆਮ ਤੌਰ 'ਤੇ ਆਪਾਂ ਦੇਖਦੇ ਹੈਗੇ ਹਾਂ ਪਿਸ਼ਾਬ ਕਰਕੇ ਆਉਂਦੇ ਹੈਗੇ ਹਾਂ, ਥੋੜ੍ਹਾ ਜਿਹਾ ਕੱਪੜੇ ਜਿਹੇ ਫਿਰ ਖਰਾਬ ਹੋ ਜਾਂਦੇ ਹੈਗੇ, ਠੀਕ ਹੈ ਨਾ। ਅੱਛਾ ਡਾਕਟਰ ਸਾਹਿਬ, ਤੁਸੀਂ ਇਹ ਵੀ ਦੱਸ ਰਹੇ ਸੀ ਕਿ ਪਿਸ਼ਾਬ ਕਰਨ ਤੋਂ ਬਾਅਦ ਜਿੰਨਾ ਕੁ ਪਾਰਟ ਹੈਗਾ ਜੇਕਰ ਉਹਨੂੰ ਧੋਲੀਏ ਤਾਂ ਉਹ ਇਨਫੈਕਸ਼ਨ ਤੋਂ ਵੀ ਬਚ ਸਕਦੇ ਹਾਂ? ਹਾਂ ਬਿਲਕੁਲ ਬਿਲਕੁਲ, ਉਹ ਧੋਣਾ ਚਾਹੀਦਾ ਹੈਗਾ। ਆਮ ਤੌਰ 'ਤੇ ਯੂਜਲੀ ਦੇਖਿਆ ਨਹੀਂ ਹੈ, ਬਾਥਰੂਮ ਕਰਕੇ ਆ ਕੇ ਸਿਰਫ ਹੱਥ ਧੋ ਲੈਂਦੇ ਹੈਗੇ ਆ। ਸਹੀ ਮੈਨੇਜ ਕੀ ਹੈਗਾ, ਯੂਰਨ ਜਿਹੜਾ ਹੈਗਾ ਆਪਣਾ ਪੈਨਿਸ, ਉਹਨੂੰ ਵੀ ਧੋ ਲੈਣਾ ਚਾਹੀਦਾ ਹੈਗਾ। ਜੀ 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 ਡਾਕਟਰ ਸਾਹਿਬ, ਬਹੁਤ ਬਹੁਤ ਸ਼ੁਕਰੀਆ।
ਸ਼ੁਕਰੀਆ ਸਾਰੀ ਫਾਰਮੂਲਾ ਦੇਣ ਵਾਸਤੇ, ਨੁਸਖਾ ਦੇਣ ਵਾਸਤੇ, ਜਿਨ੍ਹਾਂ ਦੀ ਗੱਲ ਸਾਰੇ ਕਿਤੇ ਨਹੀਂ ਬਣਦੀ, ਕਿਤੇ ਵੀ ਗੱਲ ਜਿਨ੍ਹਾਂ ਦੀ ਨਹੀਂ ਬਣੀ, ਚਾਰ ਚਾਰ ਸਾਲ, ਪੰਜ ਪੰਜ ਸਾਲ, ਸੱਤ ਸੱਤ ਸਾਲ ਹੋ ਗਏ ਜਿਨ੍ਹਾਂ ਦੇ ਪਿਸ਼ਾਬ ਵਾਲੀ ਥੈਲੀ ਲੱਗਿਆਂ ਨੂੰ, ਜਾਂ ਜਿਨ੍ਹਾਂ ਨੂੰ ਦਿੱਕਤ ਹੋ ਗਈ, ਕਹਿੰਦੇ ਜੀ ਸਾਡਾ ਤਾਂ ਪਿਸ਼ਾਬ ਲੱਗ ਕੇ ਆਈ ਜਾਂਦਾ ਜਦੋਂ ਵੀ ਅਸੀਂ ਪਿਸ਼ਾਬ ਕਰਦੇ ਹਾਂ, ਜਾਂ ਜਿਨ੍ਹਾਂ ਦੇ ਜ਼ਖਮ ਅੰਦਰ ਹੋ ਗਏ ਨੇ ਪਿਸ਼ਾਬ ਵਾਲੀ ਥਾਂ ਦੇ ਉੱਤੇ, ਜਿਨ੍ਹਾਂ ਦਾ ਬਲੈਡਰ ਲਗਭਗ ਨਕਾਰਾ ਹੋ ਗਿਆ, ਡਾਕਟਰਾਂ ਨੇ ਕਹਿ ਤਾ ਕਿ ਜੀ ਹੁਣ ਤਾਂ ਓਪਰੇਸ਼ਨ ਇੱਕ ਹਾਲਿਆਂ ਨੂੰ ਕੱਢ ਦਿੰਦੇ ਹਾਂ, ਨਹੀਂ ਤਾਂ ਫਿਰ ਕੈਂਸਰ ਹੋਜੂ, ਬਚਾਅ ਹੋ ਸਕਦਾ, ਜੰਮਣ ਬਚਾਅ ਕਰੇਗੀ, ਤੁਹਾਡੀ ਜਿਹੜੀ ਸਾਇੰਸ ਹੈਗੀ ਹੈ, ਤੁਹਾਡੀ ਜਿਹੜੀ ਨੁਸਖੇ ਫਾਰਮੂਲੇ ਹੈਗੇ ਨੇ, ਬਚਾਅ ਕਰ ਦਿੰਦੀ ਹੈ ਜੀ? ਬਿਲਕੁਲ ਕਰਦੀ ਹੈ ਜੀ, ਬਿਲਕੁਲ ਕਰਦੀ। ਦੇਖੋ ਮੈਂ ਤਾਂ ਹਮੇਸ਼ਾ ਇੱਕ ਪੇਸ਼ੈਂਟ ਨੂੰ ਕਹਿੰਦਾ ਹੈਗਾ ਵੀ ਤੁਸੀਂ ਹੁਣ ਸਾਰਾ ਕੁਝ ਕਰ ਲੈਣਾ, ਮੈਨੂੰ ਤੁਸੀਂ ਕਮ ਸੇ ਕਮ 3 ਮਹੀਨੇ ਟਾਈਮ ਦੇ ਦਿਓ। ਕਈ ਵਾਰੀ ਨਾ ਪੇਸ਼ੈਂਟ ਬਿਮਾਰੀ ਦਾ ਸਾਨੂੰ 11 ਉਸਦਾ ਕਹਿੰਦੇ ਵੀ ਇੱਕ ਦੋ ਆਏ ਮੇਰੇ ਬੈਠੇ ਬੈਠੇ, ਤੁਸੀਂ ਕਿਹਾ ਜੀ ਪਹਿਲਾਂ ਥੋੜ੍ਹਾ ਨਹੀਂ ਮਨ ਮੰਨਦਾ, ਤੁਸੀਂ ਨਾ ਲਵੋ, ਪਹਿਲਾਂ ਤੁਸੀਂ ਆਪਣੀ ਹੋਰ ਜ਼ੋਰ ਲਾ ਲਓ ਜਿੱਥੇ ਹੋਰ ਜ਼ੋਰ ਲਾ ਲਓ। ਮੇਰਾ ਦੇਖੋ ਇਹ ਮੇਰਾ ਹੈਗਾ ਪੇਸ਼ੈਂਟ ਨੂੰ ਇਹਨਾਂ ਚੀਜ਼ਾਂ ਬਾਰੇ ਜਾਗਰੂਕ ਕਰਨਾ। ਹਰੇਕ ਚੀਜ਼ ਦਾ ਇਲਾਜ ਕਿਤੇ ਮਾਡਰਨ ਸਾਇੰਸ ਦੇ ਵਿੱਚ ਨਹੀਂ ਹੈਗਾ। ਪੇਸ਼ੈਂਟ ਨੂੰ ਮੈਂ ਸਾਰਾ ਸਮਝਾਉਂਦਾ, ਕੋਈ ਮੇਰੀ ਕੰਸਲਟੇਸ਼ਨ ਫੀਸ ਨਹੀਂ ਹੈਗੀ, ਠੀਕ ਹੈ ਨਾ। ਪੇਸ਼ੈਂਟ ਨੂੰ ਸਮਝਾਉਣ ਤੋਂ ਬਾਅਦ ਜੇ ਉਹਨੂੰ ਆਪਣਾ ਲੱਗਦਾ, ਪੇਸ਼ੈਂਟ ਨੂੰ ਲੱਗਦਾ ਹੈਗਾ ਵੀ ਮੈਂ ਠੀਕ ਹੈਗਾ ਅਤੇ ਆਪਣਾ ਠੀਕ ਢੰਗ ਨਾਲ ਦਵਾਈ ਦਿੰਦਾ ਤਾਂ ਕੰਟੀਨਿਊ ਕਰੇ, ਅਦਰਵਾਈਜ਼ ਮੈਂ ਉਹਨੂੰ ਕਹਿੰਦਾ ਭਾਈ ਤੂੰ ਫਿਲਹਾਲ ਤੂੰ ਜੰਮਣਾ ਹੀ ਖਾਈ ਜਾ, ਤੂੰ ਨਿੰਬੂ ਹੀ ਪੀ ਜਾ। ਨਿੰਬੂ ਪੀਣ ਦਾ ਕੀ ਢੰਗ ਹੈ? ਨਿੰਬੂ ਦਾ ਵੀ ਇੱਕ ਵਾਰ ਰਿਪੀਟ ਕਰ ਦਿਓ। ਪਿਛਲੀ ਵਾਰ ਤੁਹਾਡਾ ਕਾਫੀ ਲੋਕਾਂ ਨੇ ਪਸੰਦ ਕੀਤਾ, ਲੋਕਾਂ ਦੇ ਧੰਨਵਾਦ ਦੇ ਬੜੇ ਫੋਨ ਆਏ ਕਿ ਜੀ ਇਸ ਤਾਂ ਸਾਰੀ ਸਾਰੀ ਰਾਤ ਸੌਂਦੀ ਨਹੀਂ ਸੀ, ਮਤਲਬ ਲੰਘਦੇ ਹੀ ਲੰਘ ਜਾਂਦੇ ਸੀ, ਕਿਲੋ ਕਿਲੋਮੀਟਰ ਤੁਰ ਤੁਰ ਕੇ ਅਸੀਂ ਸਮਝ ਲਓ ਵੀ ਕਿਲੋਮੀਟਰ ਹੋ ਜਾਂਦਾ ਸੀ, ਇੰਨੇ ਗੇੜੇ ਸਾਡੇ ਵਾਸ਼ਰੂਮ ਤੋਂ ਬੈਡਰੂਮ ਤੋਂ ਵਾਸ਼ਰੂਮ ਤੱਕ ਵੱਜਦੇ ਸੀ। ਉਹ ਠੀਕ ਹੋ ਗਿਆ। ਉਹ ਨਿੰਬੂ ਵਾਲਾ ਕੀ ਨੁਸਖਾ ਜੀ ਇੱਕ ਵਾਰ ਦੱਸ ਦਿਓ ਫਿਰ। ਪੂਰਾ ਲੈਮਨ ਜਿਹੜਾ ਹੈਗਾ ਉਹਨੂੰ ਕੱਟ ਕੇ ਉਹਦੇ 2 ਪੀਸਿਸ ਕਰ ਲੈਣੇ ਹੈਗੇ ਆ, ਉਹਦੇ ਬੀ ਕੱਢ ਕੇ ਉਹਦੇ ਹੋਰ ਛੋਟੇ ਪੀਸਿਸ ਕਰਕੇ ਉਹਨੂੰ ਮਿਕਸੀ 'ਚ ਪਾ ਲਓ। ਮਿਕਸੀ 'ਚ ਪਾ ਕੇ ਅੱਧੀ ਕੋਲੀ ਉਹ 'ਚ ਪਾਣੀ ਦੀ ਪਾ ਕੇ ਉਹਦੇ ਚੰਗੀ ਤਰ੍ਹਾਂ ਚਟਨੀ ਬਣਾ ਲਓ। ਉਹ ਬਣਾ ਕੇ ਉਹ 'ਚ ਫਿਰ ਥੋੜ੍ਹਾ ਪਾਣੀ ਹੋਰ ਪਾ ਕੇ ਉਹਨੂੰ ਵਾਪਸ ਗਲਾਸ 'ਚ ਕੱਢ ਲਓ। ਜੇ ਤਾਂ ਸਣੇ ਛਿਲਕੇ ਪੀ ਸਕਦੇ ਹੈਗੇ ਹੋ, ਪਲਪ ਗੁੱਦੇ ਦੇ ਸਮੇਤ ਪੀ ਸਕਦੇ ਹੋ ਤਾਂ ਉੱਦਾਂ ਪੀ ਲਓ, ਥੋੜ੍ਹਾ ਕਾਲਾ ਲੂਣ ਪਾ ਕੇ, ਅਦਰਵਾਈਜ਼ ਉਹਨੂੰ ਭੁਣ ਕੇ ਪੀ ਲਓ। ਪਰ ਜੇ ਗੁੱਦੇ ਦੇ ਸਣੇ ਪੀਓਗੇ ਤਾਂ ਜ਼ਿਆਦਾ ਤੁਹਾਨੂੰ ਜ਼ਿਆਦਾ ਅੱਛਾ ਇਫੈਕਟ ਮਿਲੇਗਾ, ਠੀਕ ਹੈ ਨਾ। ਹਾਂ ਅੱਛਾ ਡਾਕਟਰ ਸਾਹਿਬ, ਤੁਸੀਂ ਇਹ ਜਾਮਣ ਵਾਲਾ ਨੁਸਖਾ ਤਾਂ ਤੁਸੀਂ ਦੱਸਤਾ, ਨਿੰਬੂ ਵਾਲਾ ਨੁਸਖਾ ਤਾਂ ਤੁਸੀਂ ਦੱਸਤਾ, ਜਿਹੜਾ ਤੁਹਾਡੇ ਵਾਲਾ ਤੁਸੀਂ ਕਹਿੰਦੇ ਵੀ ਉਹ ਜਰਮਨ ਟੈਕਨੀਕਸ ਵਾਲਾ ਕੋਈ ਨੁਸਖਾ ਹੈਗਾ, ਉਹ ਤਾਂ ਸਾਨੂੰ ਦਿਖਾ ਦਿਓ, ਤੁਸੀਂ ਲੁਕੋਈ ਬੈਠੇ ਹੋ, ਉਹ ਕਿਹੜਾ ਨੁਸਖਾ? ਦੇਖੋ ਇਹ ਨਾ ਮੈਡੀਸਨ ਜਿਹੜੀਆਂ ਹੈਗੀਆਂ ਇਹਨੂੰ ਕਹਿੰਦੇ ਸਪੈਜਰਿਕ ਏਸੈਂਸ, ਜਰਮਨੀ ਤੋਂ ਅਸੀਂ ਮੰਗਵਾਉਂਦੇ ਹੈਗੇ ਹਾਂ। ਇਹਨਾਂ ਨੂੰ ਦੁਬਾਰਾ ਫਿਰ ਆਪਣਾ ਇਹਨਾਂ ਨੂੰ ਹੋਰ ਮੈਡੀਸਨ ਵਿੱਚ ਪਾ ਕੇ ਅਲੱਗ ਅਲੱਗ ਡਿਜ਼ੀਜ਼ ਦੇ ਅਲੱਗ ਅਲੱਗ ਚੀਜ਼ਾਂ ਬਣਾਉਂਦੇ ਹਾਂ। ਇਹਨਾਂ ਦਵਾਈਆਂ ਦੇ ਨਾਲ ਮੈਂ ਕੈਂਸਰ, ਕਿਡਨੀ ਫੇਲੀਅਰ, ਲਿਵਰ ਸਿਰੋਸਿਸ ਇਹਨਾਂ ਬਿਮਾਰੀਆਂ ਦਾ ਵੀ ਇਲਾਜ ਕਰਦਾ। ਕਿਵੇਂ ਯੂਜ਼ ਕਿਵੇਂ ਕਰਨੀ ਹੈ? ਇਹ ਦੇਖੋ ਇਹਨਾਂ ਦੇ ਨਾ 10-10 ਡ੍ਰੌਪਸ ਬਿਮਾਰੀ ਦੇ ਹਿਸਾਬ ਨਾਲ ਕੀਤਾ ਹੁੰਦਾ, ਬਸ ਹੋਰ ਕੁਛ ਨਹੀਂ। ਕੋਈ ਕੈਪਸੂਲ ਵਗੈਰਾ ਨਹੀਂ ਜੀ? ਨਾ ਕੋਈ ਕੈਪਸੂਲ ਨਹੀਂ। ਕੋਈ ਟੀਕਾ ਜੀ? ਨਹੀਂ ਕੋਈ ਇੰਜੈਕਸ਼ਨ ਨਹੀਂ। ਨਾ ਜੀ ਨਾ ਕੋਈ ਇੰਜੈਕਸ਼ਨ, ਕੋਈ ਕੈਪਸੂਲ, ਪਰ ਇਹ ਜਾਦੂ ਦੀ ਤਰ੍ਹਾਂ ਅਸਰ ਕਰਦੀਆਂ ਦਵਾਈਆਂ। ਆਹ ਦੇਖੋ 1, 2, 3, 4, 5, 6, 7, 8, 9, 10 ਬੂੰਦਾਂ ਲੈਣੀਆਂ ਜੀ, ਠੀਕ ਹੈ ਨਾ। ਜਿੱਦਾਂ ਜਿੱਦਾਂ ਦੇ ਪੇਸ਼ੈਂਟ ਹੈ ਉਸ ਹਿਸਾਬ ਨਾਲ ਰਿਕਮੈਂਡਡ ਕੀਤੀ ਜਾਂਦੀ ਦਵਾਈ, ਪਰ ਮਤਲਬ ਕਿ 15 ਕੁ ਦਿਨਾਂ ਦੇ ਪੇਸ਼ੈਂਟ 'ਚ ਵਾਪਸੀ ਹੋਣੀ ਸ਼ੁਰੂ ਹੋ ਜਾਂਦੀ ਹੈਗੀ। 15 ਦਿਨਾਂ ਦੀ? ਹਾਂ। ਗਰੰਟੀ ਹੈ ਜੀ? ਗਰੰਟੀ ਤਾਂ ਫਰੂਕੀ ਤਾਂ ਮੇਰੀ ਆਪਣੀ ਨਹੀਂ ਹੈਗੀ, ਪਰ ਇੰਨਾ ਹੈਗਾ। ਦੇਖੋ ਮੈਂ ਫਿਰ ਦੁਬਾਰਾ ਕਹਿੰਦਾ, ਕਈ ਵਾਰੀ ਨਾ ਬਹੁਤੇ ਨੇ ਆ ਕੇ ਤੁਹਾਨੂੰ ਪੁੱਛਿਆ ਸੀ ਨਾ, ਮੈਂ ਤਾਂ ਤੁਹਾਨੂੰ ਪੁੱਛ ਲਿਆ ਵੀ ਤੁਸੀਂ ਗਰੰਟੀ ਦਿੰਦੇ। ਪੇਸ਼ੈਂਟ ਕਹਿੰਦੇ ਗਰੰਟੀ, ਉਹ ਮੈਂ ਕਿਹਾ ਗਰੰਟੀ ਤਾਂ ਮੇਰੀ ਆਪਣੀ ਨਹੀਂ, ਪਰ ਦੇਖੋ ਜਿਸ ਹਿਸਾਬ ਨਾਲ ਮੈਨੂੰ ਦਵਾਈਆਂ ਦੇ ਰਿਜ਼ਲਟ ਮਿਲੇ ਹੈਗਾ, ਪੇਸ਼ੈਂਟ ਨੂੰ ਬੈਟਰ ਲੱਗਣਾ ਸ਼ੁਰੂ ਹੋ ਜਾਂਦਾ। ਹੁਣ ਗੱਡੀ ਕੋਈ 100 'ਤੇ ਭੱਜ ਰਹੀ ਤੁਹਾਡੀ ਬਿਮਾਰੀ ਵਾਲੀ, ਜੇ ਉਹਨੂੰ ਯੂ ਟਰਨ ਕਰਨਾ ਪਹਿਲਾਂ ਉਹਨੇ ਸਲੋ ਹੋਣਾ, ਉਹਨੂੰ 1 ਮਹੀਨਾ ਕੁ ਲੱਗਣਾ ਹੈਗਾ। ਤੁਹਾਡੀ ਬੋਡੀ ਨੇ ਵੀ ਉਹ ਦਵਾਈਆਂ ਨੂੰ ਆਪਣਾ ਦਵਾਈਆਂ ਬੋਡੀ ਦੇ ਵਿੱਚ ਯੂਜ਼ ਹੋਣੀ ਆ, ਉਹ ਮਤਲਬ ਕਿ ਥੋੜ੍ਹਾ ਟਾਈਮ ਲੱਗਦਾ ਹੈਗਾ। ਨਹੀਂ ਤਾਂ ਆਮ ਤੌਰ 'ਤੇ ਪੇਸ਼ੈਂਟ ਹਫ਼ਤੇ ਕੇ ਬਾਅਦ ਹੀ ਪੁੱਛਣ ਲੱਗ ਪੈਂਦਾ, ਡਾਕਟਰ ਸਾਹਿਬ ਫ਼ਰਕ ਤਾਂ ਪਿਆ ਨਹੀਂ ਹੈਗਾ। ਹੁਣ ਜਿਹੜੇ 100 ml ਦੇ ਗਦੂਦ ਹੈਗੇ ਆ,
ਉਹਨਾਂ ਨੇ BML 'ਤੇ ਆਉਂਦਿਆਂ 3-4 ਮਹੀਨੇ ਤਾਂ ਲੈਣੇ ਹੈਗੇ ਆ। ਪੇਸ਼ੈਂਟ ਪਲੀਜ਼ ਜਲਦੀ ਨਾ ਕਰਨ, ਪੇਸ਼ੈਂਟਸ ਦੇ ਨਾਲ ਦਵਾਈ ਖਾਣ। ਪਹਿਲੇ ਮਹੀਨੇ ਥੋੜ੍ਹੀ ਅਸੀਂ ਦਵਾਈ ਹਲਕੀ ਰੱਖਦੇ ਹਾਂ, ਦੂਜੇ ਮਹੀਨੇ ਫਿਰ ਉਹਨੂੰ ਉਹਦੀ ਹੋਰ ਪੋਟੈਂਸੀ ਇਨਕਰੀਜ਼ ਕਰਦੇ ਹੈਗੇ। ਯਾਨੀ 3-5 ਮਹੀਨੇ 'ਚ ਮਰੀਜ਼ ਆਪਣੇ ਆਪ ਕਹਿੰਦਾ ਹੈਗਾ ਵੀ ਮੈਨੂੰ ਫਰਕ ਹੋ ਗਿਆ ਹੈਗਾ। ਥੈਲੀ ਲਾ ਕੇ ਰੱਖ ਦਿੰਦਾ ਜੀ? ਆਹ ਥੈਲੀ ਤਾਂ ਕਈਆਂ ਦੀ ਬਹੁਤ ਜਲਦੀ ਹੋ ਜਾਂਦੀ ਰਿਮੂਵ। ਇੱਕ ਮੇਰੇ ਕੋਲ ਜਲੰਧਰ ਦੇ ਪੇਸ਼ੈਂਟ ਸੀਗੇ, 82 ਈਅਰ ਦੇ ਸੀਗੇ। ਉਹ ਮੇਰੇ ਕੋਲ 11 ਤਰੀਕ ਨੂੰ ਪਿਛਲੇ ਮਹੀਨੇ ਤੁਸੀਂ ਇੰਟਰਵਿਊ ਰਿਲੀਜ਼ ਕੀਤੀ ਸੀਗੀ, 14 ਨੂੰ ਦਵਾਈ ਲੈ ਗਏ ਸੀਗੇ, 25 ਨੂੰ ਉਹਨਾਂ ਦੀ ਥੈਲੀ ਉੱਤਰ ਗਈ ਸੀਗੀ। ਤੁਸੀਂ ਮਿਲਾ ਸਕਦੇ ਹੋ? ਬਿਲਕੁਲ ਮਿਲਾ ਸਕਦੇ ਹਾਂ ਜੀ, ਬਿਲਕੁਲ ਮਿਲਾ ਸਕਦੇ ਹਾਂ। ਅਗਲੇ ਇੰਟਰਵਿਊ 'ਚ ਅਗਲੀ ਵਾਰੀ ਹੋ ਸਕਿਆ ਤਾਂ ਇੱਕ ਜੇ ਜਲੰਧਰ ਚੱਕਰ ਲੱਗਿਆ ਉਹਨਾਂ ਕੋਲ ਜਾ ਵੀ ਆਵਾਂਗੇ ਆਪਾਂ। ਚਲੋ ਬਹੁਤ ਬਹੁਤ ਸ਼ੁਕਰੀਆ ਜੀ ਡਾਕਟਰ ਸਾਹਿਬ। ਮਿਲਣ ਦਾ ਕੀ ਢੰਗ ਹੈਗਾ, ਕਿਸੇ ਨੇ ਕੋਈ ਆਪਣੀ ਪ੍ਰੋਬਲਮ ਸਾਂਝੀ ਕਰਨੀ ਹੈ? ਵੈਸੇ ਤਾਂ ਤੁਸੀਂ ਜ਼ਿਆਦਾਤਰ ਨੁਸਖੇ ਦੇ ਦਿੰਦੇ ਹੋ, ਕਿਸੇ ਨੂੰ ਨਿੰਬੂ ਵਾਲਾ ਦੇਤਾ, ਕਿਸੇ ਨੂੰ ਜਾਮਣ ਵਾਲਾ ਦੇਤਾ, ਕਿਸੇ ਨੂੰ ਕੋਈ ਦੇਤਾ, ਕਿਸੇ ਨੂੰ ਕੋਈ ਦੇਤਾ। ਜੇਕਰ ਕਿਸੇ ਨੇ ਕੰਸਲਟ ਕਰਨਾ ਹੋਵੇ ਤੁਹਾਡੇ ਨਾਲ, ਕਿਵੇਂ ਕੰਸਲਟ ਕਰੇ, ਮਿਲਣ ਦਾ ਕੀ ਢੰਗ ਹੈਗਾ ਤੁਹਾਨੂੰ? ਹਾਂਜੀ, ਮੈਂ ਨਾ ਲੁਧਿਆਣੇ ਸ਼ਹਿਰ ਦੇ ਵਿੱਚ DMC ਹੋਸਪਿਟਲ ਦੇ ਨੇੜੇ ਹੈਬੋ ਵਾਲੀ ਜਗ੍ਹਾ ਹੈਗੀ ਜੀ, ਉੱਥੇ ਮੇਰਾ ਹੋਸਪਿਟਲ ਹੈਗਾ, ਠਾਕੁਰ BR ਠਾਕੁਰ ਮੈਮੋਰੀਅਲ ਹੋਸਪਿਟਲ ਪੂਰਾ ਨਾਮ ਹੈ। ਵੈਸੇ ਠਾਕੁਰ ਹੋਸਪਿਟਲ ਕਹਿੰਦੇ ਹੈਗੇ, ਠੀਕ ਹੈ ਨਾ? ਆਪਾਂ ਗੂਗਲ 'ਤੇ ਵੀ ਇਹਨੂੰ ਸਰਚ ਕਰ ਸਕਦੇ ਹੈਗੇ ਹਾਂ। ਬਾਕੀ ਅਗਰ ਪੇਸ਼ੈਂਟ ਨੇ ਆਉਣਾ ਹੋਵੇ ਮੈਨੂੰ ਕਾਲ ਕਰੇ, ਉਹਨਾਂ ਨੂੰ ਅਸੀਂ ਲੋਕੇਸ਼ਨ ਵਗੈਰਾ ਸੈਂਡ ਕਰ ਦਿੰਦੇ ਹੈਗੇ ਹਾਂ, ਅਤੇ ਇੱਕ ਵਾਰੀ ਐਟਲੀਸਟ ਪੇਸ਼ੈਂਟ ਨੂੰ ਦਿਖਾਉਣਾ ਚਾਹੀਦਾ ਹੈਗਾ। ਓਪਰੇਸ਼ਨ ਬਚ ਜਾਊਗਾ ਪਹਿਲਾਂ, ਤੁਸੀਂ ਇਹ ਦੱਸੋ ਦੰਦ ਜਾਂਦੇ ਵੀ ਓਪਰੇਸ਼ਨ। ਹਾਂਜੀ, ਮੈਂ ਇਹੀ ਕਹਿ ਰਿਹਾ ਵੀ ਪਲੀਜ਼, ਜੇਕਰ ਤੁਹਾਨੂੰ ਓਪਰੇਸ਼ਨ ਦਾ ਕਹਿ ਦਿੱਤਾ ਨਾ, ਅਤੇ ਤੁਸੀਂ ਉਹ ਤਾਂ ਜੇ ਕਰਾਉਣ ਦਾ ਡੇਟ ਲੈ ਕੇ ਆ ਜਾਣ। ਹਾਂ ਵੀ ਤੁਸੀਂ ਕਰਾਉਣ ਦਾ ਮਨ ਬਣਾ ਹੀ ਲਿਆ ਨਾ, ਅਤੇ ਮੈਨੂੰ 2-3 ਮਹੀਨੇ ਦੇਖ ਲਓ, ਹੋ ਸਕਦਾ ਮੈਂ ਤੁਹਾਨੂੰ ਓਪਰੇਸ਼ਨ ਤੋਂ ਬਚਾ ਲਵਾਂ, ਅਤੇ ਅੱਜ ਤੱਕ ਜਿੰਨੇ ਪੇਸ਼ੈਂਟ ਆਏ ਉਹਨਾਂ ਨੂੰ ਲੋੜ ਨਹੀਂ ਪਈ ਜਾਂ। ਠੀਕ ਹੈ ਜੀ ਡਾਕਟਰ ਸਾਹਿਬ, ਬਹੁਤ ਬਹੁਤ ਸ਼ੁਕਰੀਆ ਸਾਰੀ ਗੱਲਬਾਤ ਦੇ ਲਈ। ਸੋ ਇਸ ਸਨ ਡਾਕਟਰ ਰਾਜੇਸ਼ ਠਾਕੁਰ, ਜਿਨ੍ਹਾਂ ਨੇ ਦੱਸਿਆ ਕਿ ਕਿਸ ਤਰੀਕੇ ਨਾਲ ਇਹ ਜਿਹੜੀ ਜਾਮਣ ਹੈਗੀ ਹੈ, ਇਹ ਜਾਮਣ ਪਿਸ਼ਾਬ ਨਾਲ ਸੰਬੰਧਿਤ ਰੋਗਾਂ ਦੇ ਉੱਤੇ ਰਾਮਬਾਣ ਦਾ ਕੰਮ ਕਰਦੀ ਹੈ, ਔਰ ਇਸੇ ਤਰੀਕੇ ਨਾਲ ਜਿਹੜਾ ਇਹਦਾ ਇਸਤੇਮਾਲ ਹੈਗਾ, ਜਿਹੜਾ ਸ਼ਖਸ ਕਰਨਾ ਸ਼ੁਰੂ ਕਰ ਦੇਗਾ ਅਤੇ ਬਹੁਤ ਸਾਰੀਆਂ ਦਿੱਕਤਾਂ ਪਰੇਸ਼ਾਨੀਆਂ ਆਪਣੇ ਆਪ ਦੇ ਵਿੱਚ ਹੀ ਉਹਨਾਂ ਦੀਆਂ ਪਿਸ਼ਾਬ ਨਾਲ ਸੰਬੰਧਿਤ ਜਿਹੜੀਆਂ ਜਾਣੀਆਂ ਸ਼ੁਰੂ ਹੋ ਜਾਂਦੀਆਂ ਨੇ। ਫਿਰ ਵੀ ਇਹ ਵੀਡੀਓ ਦੇਖਣ ਤੋਂ ਬਾਅਦ ਤੁਹਾਡੇ ਮਨ ਦੇ ਵਿੱਚ ਕੋਈ ਸਵਾਲ, ਕੋਈ ਸ਼ੰਕਾ ਪੈਦਾ ਹੁੰਦਾ ਤਾਂ ਅਸੀਂ ਨੰਬਰ ਹੈਗਾ ਡਾਕਟਰ ਰਾਜੇਸ਼ ਠਾਕੁਰ ਜੀ ਦਾ, ਉਹ ਚਲਾ ਦਿੱਤਾ, ਉਸ ਨੰਬਰ ਦੇ ਉੱਤੇ ਕਾਲ ਕਰਕੇ ਤੁਸੀਂ ਆਪਣੇ ਮਨ ਦਾ ਸਵਾਲ, ਆਪਣੇ ਮਨ ਦਾ ਕੋਈ ਵੀ ਸ਼ੰਕਾ ਤੁਹਾਡਾ ਜਿਹੜਾ ਵੀਡੀਓ ਦੇਖਣ ਤੋਂ ਬਾਅਦ ਪੈਦਾ ਹੁੰਦਾ ਤਾਂ ਤੁਸੀਂ ਕਰ ਸਕਦੇ ਹੋ। ਡਾਕਟਰ ਸਾਹਿਬ ਦੀ ਟੀਮ ਹੈ ਜਿਹੜੀ, ਉਹਨਾਂ ਦੀ ਕੋਸ਼ਿਸ਼ ਹੁੰਦੀ ਹੈ ਹਮੇਸ਼ਾ ਹਰ ਕਮੈਂਟ ਦਾ ਜਵਾਬ ਦੇਣ ਦੀ, ਜਿਹੜੀ ਉਹ ਕੋਸ਼ਿਸ਼ ਜ਼ਰੂਰ ਕਰਦੇ ਨੇ। ਫਿਲਹਾਲ ਮੇਰੀ ਚੇਤਾਵਨੀ, ਮੇਰੀ ਜਿਹੜੀ ਅਪੀਲ, ਮੇਰੀ ਗੁਜ਼ਾਰਿਸ਼ ਤੁਹਾਨੂੰ ਇਹ ਹੈ ਵੀ ਕਿਸੇ ਵੀ ਤਰ੍ਹਾਂ ਦਾ ਕੋਈ ਵੀ ਟੋਟਕਾ, ਕੋਈ ਵੀ ਨੁਸਖਾ ਤੁਸੀਂ ਇਸਤੇਮਾਲ ਕਰਨਾ ਹੈ ਤਾਂ ਬਿਨਾਂ ਕਿਸੇ ਡਾਕਟਰ, ਵੈਦ, ਹਕੀਮ ਦੀ ਸਲਾਹ ਤੋਂ ਨਾ ਕਰਿਆ ਕਰੋ, ਕਿਉਂਕਿ ਥੋੜ੍ਹੀ ਮਿਕਦਾਰ ਘਟੀ ਵਧੀ ਉਹ ਤੁਹਾਨੂੰ ਫਾਇਦੇ ਦੀ ਥਾਂ 'ਤੇ ਨੁਕਸਾਨ ਵੀ ਕਰ ਸਕਦੀ ਹੈ। ਫਿਲਹਾਲ ਮੈਨੂੰ ਇਹ ਵੀਡੀਓ ਇੱਥੇ ਹੀ ਖਤਮ ਕਰਨ ਦੀ ਆਗਿਆ। ਧੰਨਵਾਦ।